ਸਭ ਤੋਂ ਪਹਿਲਾਂ ਭੌਰ ਸਾਹਿਬ ਜਦੋਂ ਜਿਹੜਾ ਹੈਗਾ ਪਿਛਲੇ ਸਮੇਂ ਵਿੱਚ ਜਦੋਂ ਅਕਾਲੀ ਸਰਕਾਰ ਸੀ ਜੋ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਹੈਗੀਆਂ ਉਸ ਵੇਲੇ ਜਿੰਨਾ ਕੁ ਮੈਨੂੰ ਯਾਦ ਆ ਸਭ ਤੋਂ ਪਹਿਲਾਂ ਤੁਸੀਂ ਪ੍ਰੋਟੈਸਟ ਕੀਤਾ ਸੀ ਅਤੇ ਐਸ ਜੀ ਪੀ ਸੀ ਵੱਲੋਂ ਤੁਸੀਂ ਰਿਜ਼ਾਈਨ ਕੀਤਾ ਸੀ ਉਹਦਾ ਕੀ ਪਿਛੋਕੜ ਸੀ? ਦੇਖੋ ਇਹ ਬੇਅਦਬੀ ਦੀਆਂ ਘਟਨਾਵਾਂ ਤਾਂ ਅਕਾਲੀ ਸਰਕਾਰ ਤੋਂ ਪਹਿਲਾਂ ਵੀ ਬੜੀਆਂ ਹੁੰਦੀਆਂ ਰਹੀਆਂ। ਅੱਛਾ ਜੀ। ਪਰ ਇਹ ਇੱਕ ਨਵੇਕਲੀ ਕਿਸਮ ਦੀ ਘਟਨਾ ਸੀ। ਹਾਂਜੀ। ਜਿਹਦੇ ਵਿੱਚ ਬੇਅਦਬੀ ਕਰਨ ਵਾਲਿਆਂ ਨੇ ਕੰਧਾਂ ਦੇ ਉੱਤੇ ਇਸ਼ਤਿਹਾਰ ਲਾ ਕੇ ਕੌਮ ਨੂੰ ਵੰਗਾਰਿਆ। ਜੀ ਜੀ। ਔਰ ਕੌਮ ਨੂੰ ਵੰਗਾਰ ਕੇ ਇਹ ਵੀ ਕਿਹਾ ਸੀ ਵੀ ਬੇਅਦਬੀ ਅਸੀਂ ਕੀਤੀ ਆ, ਸਰੂਪ ਅਸੀਂ ਚੁੱਕ ਕੇ ਲੈ ਕੇ ਚੱਲੇ। ਹਾਂਜੀ। ਕਿਤੇ ਹੋਰ ਲੱਭਣ ਦੀ ਕੋਸ਼ਿਸ਼ ਨਾ ਕਰਿਓ, ਸਾਡੇ ਕੋਲ। ਅੱਛਾ। ਜੇ ਹਿੰਮਤ ਹੈ ਤਾਂ ਲੱਭ ਲਿਓ। ਹਾਂਜੀ। ਜੇ ਨਾ ਲੱਭ ਸਕੇ, ਤੁਸੀਂ 5 ਲੱਖ ਦਾ ਇਨਾਮ ਰੱਖਿਆ ਸੀ, 10 ਲੱਖ ਦੇ। ਵਾਹ ਵਾਹ ਵਾਹ। ਹਾਂਜੀ। ਇਹ ਜਿਹੜੀ ਘਟਨਾ ਆ ਇਹ 1 ਜੂਨ 2015 ਦੀ। ਹਾਂਜੀ ਹਾਂਜੀ। ਅਤੇ ਇਹਦੀ ਖਾਲਸਾ ਪੰਥ ਨੇ FIR ਵੀ ਦਰਜ ਕਰਾਈ। ਹਾਂਜੀ ਹਾਂਜੀ। ਫਿਰ 24 ਜੂਨ ਨੂੰ ਹਾਂਜੀ ਉਹਨਾਂ ਨੇ ਇਸ਼ਤਿਹਾਰ ਲਾਇਆ। ਹਾਂਜੀ। ਜਿਹੜਾ ਸਰੂਪ 1 ਜੂਨ ਨੂੰ ਚੋਰੀ ਕੀਤਾ, 24 ਜੂਨ ਨੂੰ ਇਸ਼ਤਿਹਾਰ ਲਾ ਕੇ ਜ਼ਿੰਮੇਵਾਰੀ ਕਬੂਲੀ। ਹਾਂਜੀ। ਅਤੇ ਇਸੇ ਤਰ੍ਹਾਂ ਕਿ ਜਦੋਂ 24 ਜੂਨ ਨੂੰ ਹਾਂਜੀ ਇਹਨਾਂ ਨੇ ਮੁਆਫ਼ੀ ਦਿੱਤੀ ਸੌਦਾ ਸਾਹਿਬ ਨੂੰ। ਹਾਂਜੀ। ਸੁਖਬੀਰ ਦੇ ਸਾਰੇ ਜਿਹੜੇ ਉਹਦੇ ਨਾਲ ਦੇ ਸਾਥੀ ਸੀ, ਹਾਂਜੀ, ਉਹਨਾਂ ਨੇ ਸਾਰਿਆਂ ਨੇ ਮੈਨੇਜ ਕਰਕੇ ਉਹਨਾਂ ਨੂੰ ਮਾਫ਼ੀ ਦਵਾਈ ਜਥੇਦਾਰਾਂ ਦੇ ਕੋਲ। ਹਾਂਜੀ। ਮੈਂ ਉਸ ਮਾਫ਼ੀ ਦਾ ਵੀ ਵਿਰੋਧ ਕੀਤਾ। ਹਾਂਜੀ ਹਾਂਜੀ। ਮੈਂ ਬਿਆਨ ਵੀ ਲੱਗਾ, ਮੇਰਾ ਬਰਾਬਰ ਹੀ ਉਹਨਾਂ ਦੇ ਲੱਗ ਗਿਆ। ਮੈਂ ਉਸ ਤੋਂ ਪਹਿਲਾਂ ਵੀ ਸੁਚੇਤ ਸੀ, ਮੈਨੂੰ ਪਤਾ ਸੀ ਵੀ ਇਹ ਭਾਣਾ ਵਰਤਣ ਲੱਗਾ। ਹਾਂਜੀ ਹਾਂਜੀ। ਅਤੇ 8 ਤਰੀਕ ਨੂੰ, ਕਿਉਂਕਿ ਵਿਰੋਧ ਮੈਂ ਹੀ ਕੀਤਾ ਸੀ ਇਕੱਲੇ ਨੇ, ਹਾਂਜੀ, ਉਸ ਮਾਫ਼ੀ ਦਾ। ਹਾਂਜੀ। ਮੇਰੇ ਮਗਰੋਂ ਫਿਰ ਹੋਰ ਕਈਆਂ ਨੇ ਕੀਤਾ। 24 ਜੂਨ ਨੂੰ ਮਾਫ਼ੀ ਦਿੱਤੀ, 24 ਸਤੰਬਰ ਨੂੰ ਮਾਫ਼ੀ ਦਿੱਤੀ ਹੈ। ਹਾਂਜੀ। 24-25 ਸਤੰਬਰ ਨੂੰ ਮੇਰਾ ਬਿਆਨ ਨਾਲ ਲੱਗ ਗਿਆ ਸੀ। ਹਾਂਜੀ ਹਾਂਜੀ। ਅਤੇ ਇਹ ਬੜੇ ਫਿਰ ਤਕਲੀਫ ਵਿੱਚ ਸੀਗੇ ਸਾਰੇ ਬਾਦਲ ਪਰਿਵਾਰ। ਹਾਂਜੀ ਹਾਂਜੀ। ਅਤੇ ਮੇਰੇ ਖਿਲਾਫ਼ ਕਾਫ਼ੀ ਮੰਦਾ ਚੰਗਾ ਵੀ ਬੋਲ ਰਹੇ ਸੀ ਆਪਣੇ ਸਾਥੀਆਂ ਕੋਲ। ਹਾਂਜੀ। ਫਿਰ ਮੈਨੂੰ 2-3 ਵਾਰੀ ਯਤਨ ਹੋਇਆ ਸਰਦਾਰ ਚੰਦੂ ਮਾਜਰਾ ਦੇ ਰਾਹੀਂ ਵੀ ਉਹਨੂੰ ਲਿਆਓ, ਬੈਠ ਕੇ ਗੱਲ ਕਰੀਏ, ਬੈਠ ਕੇ ਗੱਲਬਾਤ ਕਰੀਏ। ਹਾਂਜੀ। ਮੈਂ ਉਹਨੂੰ ਕਹਿ ਰਿਹਾ ਸੀ ਵੀ ਮੈਨੂੰ ਕੋਈ ਲੋੜ ਨਹੀਂ, ਜੋ ਉਹਨਾਂ ਨੇ ਕਰਨਾ ਕਰ ਲੈਣ, ਮੈਂ ਨਹੀਂ ਜਾਣਾ। ਹਾਂਜੀ ਹਾਂਜੀ। ਅਤੇ ਮੇਰੀਆਂ ਪ੍ਰਾਇਰਟੀਜ਼ ਗੁਰੂ ਗ੍ਰੰਥ ਅਤੇ ਗੁਰੂ ਪੰਥ ਹੈ। ਹਾਂਜੀ। ਮੈਂ ਕਿਸੇ ਅਹੁਦੇ ਦੀ ਖਾਤਰ ਇਹ ਸਭ ਕੁਝ ਮੈਂ ਨਹੀਂ ਬਰਦਾਸ਼ਤ ਕਰਨਾ, ਜੋ ਉਹਨਾਂ ਨੇ ਦਿਲ ਕਰਦਾ ਕਰ ਲਿਆ। ਹਾਂਜੀ ਹਾਂਜੀ। ਉਹਨੇ ਇਹ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਚੰਦੂ ਮਾਜਰੇ ਦਾ ਮੈਨੂੰ ਫਿਰ 7 ਤਰੀਕ ਨੂੰ ਫੋਨ ਆਇਆ, 7 ਅਕਤੂਬਰ ਨੂੰ। ਹਾਂਜੀ। ਦਿੱਲੀ ਤੋਂ ਕਹਿੰਦਾ ਇੱਕ ਵਾਰੀ ਤੁਸੀਂ ਬੈਠ ਲਓ, ਬੈਠਣਾ ਚਾਹੁੰਦੇ ਆ। ਹਾਂਜੀ। ਮੈਂ ਉਹਨੂੰ ਸਾਰੀਆਂ ਗੱਲਾਂ ਦੱਸੀਆਂ। ਮੈਂ ਕਿਹਾ ਦੇਖ, ਮੇਰੇ ਮਨ 'ਚ ਵੀ ਗੁੱਸਾ ਹੈ, ਉਹਨਾਂ ਦੇ ਮਨ 'ਚ ਵੀ ਗੁੱਸਾ, ਮੈਂ ਉਹਨਾਂ ਦੀ ਗੱਲ ਨਹੀਂ ਮੰਨ ਰਿਹਾ। ਹਾਂਜੀ। ਮੇਰੇ ਮਨ 'ਚ ਇਹ ਗੁੱਸਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਿੱਥ ਕੇ ਬੇਅਦਬੀ ਹੋਈ ਹੈ, ਦੋਸ਼ੀ ਨਹੀਂ ਫੜ ਰਹੇ। ਹਾਂਜੀ ਹਾਂਜੀ। ਅਜੇ ਉਹ ਦੋਸ਼ੀਆਂ ਵਾਲੀ ਗੱਲ ਮੁੱਕੀ ਨਹੀਂ, ਇਹਨਾਂ ਨੇ ਆ ਹੋਰ ਭਾਜੀ ਕੌਮ ਦੇ ਸਿਰ ਪਾਤੀ ਆ। ਜਿਸ ਬੰਦੇ ਦੇ ਨਾਲ ਮਿਲਵਰਤਨ ਦੀ ਪਾਬੰਦੀ ਲੱਗੀ ਹੋਈ ਆ ਅਕਾਲ ਤਖ਼ਤ ਸਾਹਿਬ ਵੱਲੋਂ, ਜਿਸ ਬੰਦੇ ਨੇ ਅੰਮ੍ਰਿਤ ਦਾ ਮਜ਼ਾਕ ਉਡਾਇਆ, ਉਸ ਬੰਦੇ ਦੇ ਨਾਲ ਉਹਨੂੰ ਬਚਾਉਣ ਦੀ ਖਾਤਰ ਇਹਨਾਂ ਨੇ ਅਕਾਲ ਤਖ਼ਤ ਸਾਹਿਬ ਦੀ ਤੌਹੀਨ ਕੀਤੀ ਹੈ, ਇਹ ਇਹਨਾਂ ਨੇ ਇੱਕ ਹੋਰ ਭਾਜੀ ਪਾਤੀ। ਇਹਦਾ ਪਿਛੋਕੜ ਕੀ ਸੀ, ਕਿਉਂ ਇਹੋ ਇਹਨਾਂ ਨੂੰ ਆਪਣੇ ਸੁਖਬੀਰ ਹੋਣਾ ਨੂੰ ਇਹ ਸਟੈਪ ਲੈਣਾ ਪਿਆ, ਇਹ ਜਿਹੜਾ ਸੌਦਾ ਸਾਹ ਸੀ ਇਹਦਾ ਕੀ ਸੀ ਪਿਛੋਕੜ, ਕੀ ਉਹ ਅੰਡਰਗਰਾਊਂਡ ਘਟਨਾਵਾਂ ਦਾ ਦੌਰ ਹੋਇਆ ਹੈਗਾ? ਦਰਅਸਲ ਇਹ ਥੋੜ੍ਹੀ ਜਿਹੀ ਗੱਲ ਪਿੱਛੇ ਜਾਂਦੀ ਹੈ। ਹਾਂਜੀ। ਆਪਣੇ ਭਾਈਵਾਲਾਂ ਦੀ ਜਦੋਂ ਇਹਨਾਂ ਦੀ ਸਰਕਾਰ ਬਣੀ ਨਾ ਹਰਿਆਣੇ ਦੇ ਵਿੱਚ। ਅੱਛਾ ਜੀ। ਉਸ ਵੇਲੇ BJP ਨੇ ਸਪੋਰਟ ਲਈ ਉਹਦੇ ਕੋਲੋਂ ਸੌਦਾ ਸਾਧ ਕੋਲ। ਹਾਂਜੀ ਹਾਂਜੀ। ਅਤੇ ਉਹ ਜਦੋਂ ਸਪੋਰਟ ਲਈ ਅਤੇ ਨਾਲ ਹੀ ਉਹਨੇ ਕਿਹਾ ਵੀ ਤੁਸੀਂ ਸਪੋਰਟ ਤਾਂ ਮੇਰੇ ਕੋਲੋਂ ਮੰਗ ਰਹੇ ਹੋ, ਮੈਂ ਕਰ ਵੀ ਦਿੰਦਾ। ਹਾਂਜੀ। ਪਰ ਆ ਜਿਹੜੇ ਤੁਹਾਡੇ ਭਾਈਵਾਲ ਹੈ, ਇਹਨਾਂ ਦੇ ਤਖ਼ਤ ਨੇ ਤਾਂ ਮੈਨੂੰ ਮੇਰਾ ਕੋਈ ਸਮਾਗਮ ਨਹੀਂ ਹੋਣ ਦਿੰਦੇ। ਹਾਂਜੀ ਹਾਂਜੀ। ਮੇਰੇ ਨਾਲ ਥਾਂ ਥਾਂ ਕਲੈਸ਼ ਹੁੰਦਾ, ਇਹਨਾਂ ਨੂੰ ਕਹੋ ਮੈਨੂੰ ਕਲੀਨ ਚਿੱਟ ਦਿਓ। ਅੱਛਾ ਅੱਛਾ। ਉਹਦੀ ਜ਼ਿੰਮੇਵਾਰੀ ਇਹਨਾਂ ਨੇ ਲੈ ਲਈ। ਹਾਂਜੀ। ਅੱਛਾ। ਜਦੋਂ ਮੈਨੂੰ ਉਹ ਸਾਰਾ ਸੁਨੇਹਾ ਆਇਆ ਅਤੇ 8 ਤਰੀਕ ਨੂੰ ਜਦੋਂ ਅਸੀਂ ਮਿਲੇ ਹਾਂ ਫਿਰ, 8 ਅਕਤੂਬਰ 2015 ਨੂੰ, ਮੈਂ ਸਾਰੀਆਂ ਗੱਲਾਂ ਉਹਦੇ ਨਾਲ ਕੀਤੀਆਂ ਸੁਖਬੀਰ ਨਾਲ। ਹਾਂਜੀ। 4 ਜਣੇ ਸੀ ਅਸੀਂ, ਮੈਂ, ਸੁਖਬੀਰ, ਕਰਨੈਲ ਸਿੰਘ ਪੰਜੋਲੀ ਅਤੇ ਚੰਦੂ ਮਾਜ। ਹਾਂਜੀ। ਕੋਈ ਗੱਲ ਕੋਈ ਓਹਲਾ ਨਹੀਂ ਛੱਡਿਆ। ਹਾਂਜੀ। ਜੋ ਮੈਂ ਕਹਿ ਸਕਦਾ ਸੀ ਉਹ ਮੈਂ ਕਿਹਾ। ਹਾਂਜੀ। ਉਹ ਮੈਨੂੰ ਇੱਕੋ ਗੱਲ ਕਹਿ ਰਿਹਾ ਸੀ ਵੀ ਤੁਸੀਂ ਅਖਬਾਰ 'ਚ ਨਾ ਜਾਓ ਅਤੇ ਮੈਂ ਸਭ ਠੀਕ ਕਰ। ਹਾਂਜੀ। ਮੈਂ ਕਿਹਾ ਜੀ ਤੁਸੀਂ ਠੀਕ ਕਰੋ ਚਾਹੇ ਨਾ, ਜਦੋਂ ਗੱਲ ਕਿਤੇ ਕੋਈ ਪੰਥ ਅਤੇ ਗ੍ਰੰਥ ਦੀ ਆਈ ਅਸੀਂ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਨਾਲ ਖੜ੍ਹੇ। ਅਤੇ 8 ਤਰੀਕ ਦੀ ਇਹ ਗੱਲ ਹੈ, 12 ਨੂੰ ਬੇਅਦਬੀ ਹੋ ਗਈ, 14 ਨੂੰ ਗੋਲੀ ਚੱਲ ਗਈ, ਅਤੇ ਮੈਂ 18 ਤਰੀਕ ਨੂੰ ਅਸਤੀਫਾ ਦੇ ਦਿੱਤਾ ਸੀ। ਅਕਾਲੀ ਦਲ ਦਾ ਮੈਂ PAC ਦਾ ਮੈਂਬਰ ਵੀ ਸੀ। ਹਾਂਜੀ। ਮੈਂ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਹਾਂਜੀ ਹਾਂਜੀ। ਅਤੇ ਉਸ ਵੇਲੇ ਤੋਂ ਕੌਮ ਨੂੰ ਸੁਚੇਤ ਕਰਨ ਦੀ ਸੇਵਾ ਨਿਭਾ ਰਹੇ।
ਇਹ ਵੈਸੇ ਪੌਰ ਸਾਹਿਬ ਬੜੀ ਵੱਡੀ ਮੈਂ ਕਹਿੰਦਾ ਇਹੋ ਤੁਹਾਡਾ ਸਟੈਂਡ ਸੀ, ਬਲਕਿ ਰਾਜਨੀਤੀ ਵਿੱਚ ਤਾਂ ਕਹਿੰਦੇ ਰਾਜ ਕਰਨ ਦੀ ਨੀਤੀ ਆਉਣੀ ਚਾਹੀਦੀ ਹੈਗੀ ਆ। ਬਹੁਤ ਸਾਰੇ ਲੋਕ ਜਾਣ ਬੁੱਝ ਕੇ ਵੀ ਪਤਾ ਹੁੰਦਾ ਵੀ ਕੁਛ ਗਲਤ ਹੋ ਰਿਹਾ ਹੈਗਾ, ਬੋਲਣ ਦੀ ਹਿੰਮਤ ਨਹੀਂ ਕਰਦੇ, ਉਹਨਾਂ ਦੇ ਆਪਣੇ ਨਿੱਜੀ ਸਵਾਰਥ ਜਾਂ ਪੋਸਟਾਂ ਖੁੱਲ੍ਹ ਜਾਣੀਆਂ ਹੁੰਦੀਆਂ ਹੈਗੀਆਂ। ਅਤੇ ਤੁਸੀਂ ਇਹ ਜਿਹੜਾ ਹੈਗਾ ਇਹ ਸਾਰੇ ਪ੍ਰੋਸੈਸ ਤੋਂ ਉੱਪਰ ਉੱਠ ਕੇ ਕਿਵੇਂ ਇਹ ਰਾਜਨੀਤੀ ਵਿੱਚ ਰਹੇ ਹੈਗੇ? ਦੇਖੋ ਰਾਜਨੀਤੀ ਠੀਕ ਹੈ, ਰਾਜ ਨੂੰ ਪ੍ਰਾਪਤ ਕਰਨ ਦੀ ਨੀਤੀ ਹੋ ਸਕਦੀ ਹੈ ਜੀ ਜੀ, ਪਰ ਆਪਣੀ ਕੌਮ ਪ੍ਰਤੀ, ਪੰਥ ਪ੍ਰਤੀ, ਗੁਰੂ ਗ੍ਰੰਥ ਪ੍ਰਤੀ ਵੀ ਕੁਛ ਫਰਕ ਹੁੰਦੇ ਸੀ ਜੀ ਜੀ ਜੀ। ਉਹ ਅੱਜ ਜਿਸ ਸਮੇਂ ਵਿੱਚੋਂ ਖਾਲਸਾ ਪੰਥ ਗੁਜ਼ਰ ਰਿਹਾ, ਹਾਂਜੀ, ਇਹ ਉਹਦਾ ਨਤੀਜਾ ਹੀ ਹੈ। ਹਾਂਜੀ, ਬੇ ਰਾਜਨੀਤੀ ਕਰਨ ਵਾਲੇ ਇੱਕ ਪਰਿਵਾਰ ਨੇ, ਹਾਂਜੀ, ਧੱਕੇ ਨਾਲ ਸਾਰੀ ਤਾਕਤ ਆਪਣੇ ਕੋਲ ਇਕੱਠੀ ਕਰਦਿਆਂ ਕਰਦਿਆਂ ਨੇ ਸਿੱਖਾਂ ਦਾ ਰਾਜਨੀਤਿਕ ਪਲੇਟਫਾਰਮ ਵੀ ਖਤਮ ਕਰਤਾ, ਧਾਰਮਿਕ ਪਲੇਟਫਾਰਮ ਵੀ ਖਤਮ ਕਰਤਾ ਜੀ ਜੀ। ਉਹਨਾਂ ਦੇ ਨਿਸ਼ਾਨੇ ਤੇ ਸਿਰਫ ਰਾਜਨੀਤੀ ਸੀ, ਸਿਰਫ ਰਾਜ ਸੀ, ਰਾਜ ਕਰਨ ਦੇ ਲਈ ਉਹ ਸਾਰੇ ਅਸੂਲ ਛੱਡ ਦਿੱਤੇ। ਉਹ ਅਕਾਲ ਤਖ਼ਤ ਨੂੰ ਝੁਕਾ ਕੇ ਸੌਦੇ ਨਾਲ ਸਮਝੌਤਾ ਵੀ ਕਰ ਸਕਦੇ ਸੀ, ਉਹ ਰਾਜ ਤਖ਼ਤ ਦੀ ਖਾਤਰ ਜਥੇਦਾਰਾਂ ਨੂੰ ਆਪਣੀਆਂ ਕੋਠੀਆਂ ਵਿੱਚ ਵੀ ਤਲਬ ਕਰ ਸਕਦੇ ਸੀ, ਉਹ ਰਾਜ ਕਰਨ ਦੀ ਖਾਤਰ ਅਕਾਲ ਤਖ਼ਤ ਸਾਹਿਬ ਦੀਆਂ ਪਰੰਪਰਾਵਾਂ ਅਤੇ ਸਿੱਖ ਮਰਿਆਦਾ ਨੂੰ ਵੀ ਠੇਸ ਪਹੁੰਚਾ ਸਕਦੇ ਸੀ, ਉਹਨਾਂ ਨੇ ਵਕਤ ਬਾ ਵਕਤ ਕੀਤਾ। ਅਤੇ ਉਸ ਵੇਲੇ ਦੇ ਜਿਹੜੇ ਮੌਜੂਦਾ ਜਥੇਦਾਰ ਸੀ ਅਕਾਲ ਤਖ਼ਤ ਸਾਹਿਬ ਦੇ, ਅਤੇ ਉਹਨਾਂ ਨੇ ਵੀ ਨਹੀਂ ਕੋਈ ਪ੍ਰੋਟੈਸਟ ਕੀਤਾ ਜਾਂ ਵੀ ਉਹ ਉਹਨਾਂ ਦੇ ਪ੍ਰੈਸ਼ਰ ਥੱਲੇ ਆ ਗਏ? ਦੇਖੋ ਗਿਆਨੀ ਗੁਰਮੁਖ ਸਿੰਘ ਨੇ ਲਾਈਵ ਹੋ ਕੇ ਇਹ ਗੱਲਾਂ ਸਾਰੀਆਂ ਟੀ ਵੀ 'ਤੇ ਵੱਖ ਵੱਖ ਚੈਨਲਾਂ 'ਤੇ ਕਹੀਆਂ ਵੀ ਕਿਵੇਂ ਉਹਨਾਂ ਨੂੰ ਬੁਲਾਇਆ ਗਿਆ। ਗੁਰਬਚਨ ਜੀ ਨਹੀਂ, ਗਿਆਨੀ ਗੁਰਮੁਖ ਸਿੰਘ ਜੀ, ਹਾਂ, ਜਿਹੜੇ ਕਿਵੇਂ ਉਹਨਾਂ ਨੂੰ ਬੁਲਾਇਆ ਗਿਆ, ਕਿਵੇਂ ਉਹਨਾਂ ਨੂੰ ਆਦੇਸ਼ ਦਿੱਤਾ ਗਿਆ, ਹਾਂਜੀ, ਅਤੇ ਕਿਵੇਂ ਉਹਨਾਂ ਦੇ ਕੋਲੋਂ ਇਹ ਸਾਰਾ ਮਾਫ਼ੀ ਦਾ ਕਾਂਡ ਕਰਾਇਆ ਗਿਆ? ਜੀ ਜੀ ਜੀ, ਹਾਂਜੀ। ਅਤੇ ਮੈਂ ਇਹ ਵਾਰ ਵਾਰ ਸਵਾਲ ਉਠਾਇਆ, ਹਾਂਜੀ, ਉਸ ਵੇਲੇ ਵੀ, ਜੇ ਗਿਆਨੀ ਗੁਰਮੁਖ ਸਿੰਘ ਝੂਠ ਬੋਲਦਾ ਤਾਂ ਅਕਾਲ ਤਖ਼ਤ ਉਹਨੂੰ ਤਲਬ ਕਿਉਂ ਨਹੀਂ ਕਰਦਾ? ਜੇ ਸੱਚ ਬੋਲਦਾ ਤਾਂ ਸੁਖਬੀਰ ਅਤੇ ਬਾਦਲ ਪਰਿਵਾਰ ਨੂੰ ਤਲਬ ਕਿਉਂ ਨਹੀਂ ਕਰਦਾ? ਠੀਕ ਠੀਕ ਠੀਕ, ਹਾਂਜੀ ਹਾਂਜੀ। ਨਾ ਜਥੇਦਾਰ ਉਸ ਵੇਲੇ ਸੱਚ ਬੋਲ ਸਕਿਆ, ਨਾ ਬਾਅਦ ਵਿੱਚ ਬੋਲ ਸਕਿਆ। ਅਖੀਰ ਗਿਆਨੀ ਗੁਰਮੁਖ ਸਿੰਘ ਨੇ ਵੀ ਸਾਹ ਛੱਡ ਦਿੱਤਾ, ਉਹਨੇ ਮੁੜ ਕੇ ਫਿਰ ਹੈੱਡ ਗ੍ਰੰਥੀ ਦੀ ਪੋਸਟ ਲੈ ਕੇ ਸਾਰਾ ਕੁਛ ਕੀਤਾ ਕਰਾਇਆ, ਫਿਰ ਉੱਥੇ ਦਾ ਉੱਥੇ ਲਿਆ ਕੇ ਖੜਾ ਕਰ। ਠੀਕ ਠੀਕ ਠੀਕ, ਚਲੋ ਇਹ ਤਾਂ ਹੁਣ ਸਾਰੀ ਜਿਹੜੀ ਹੈਗੀ ਆ ਸਿੱਖ ਕੌਮ ਨੂੰ ਪਤਾ ਲੱਗ ਹੀ ਚੁੱਕਾ ਹੈਗਾ ਹੁਣ ਪਿਛੋਕੜ ਹੈਗਾ। ਅਸੀਂ ਅਗਲੇ ਹੁਣ ਪੜਾਅ 'ਤੇ ਚੱਲਦੇ ਹੈਗੇ, ਫਿਰ ਜਿਹੜਾ ਮੁਆਫ਼ੀਨਾਮਾ ਦਾ ਹੁਣ ਇਹ ਪ੍ਰੋਸੈਸ ਸ਼ੁਰੂ ਹੋਇਆ, ਕੀ ਤੁਹਾਡੇ ਹਿਸਾਬ ਨਾਲ ਇਹ ਧਾਰਮਿਕ ਪਰੰਪਰਾਵਾਂ ਅਨੁਸਾਰ ਹੋਇਆ ਕਿ ਜਾਂ ਕੋਈ ਇਹ ਪਰੰਪਰਾ ਫੋਲੋ ਨਹੀਂ ਹੋਈ ਹੈਗੀ? ਕਿਹੜਾ ਆ ਜਿਹੜਾ ਅਣਪਛਾਤੀਆਂ ਅਣਪਛਾਤੀਆਂ ਗਲਤੀਆਂ ਦੀ? ਹਾਂਜੀ ਹਾਂਜੀ ਹਾਂਜੀ, ਅਣਪਛਾਤੀਆਂ ਗਲਤੀਆਂ ਦੀ। ਇਹ ਇਹਨਾਂ ਨੇ ਗਲਤੀ ਦੇ ਉੱਤੇ ਇੱਕ ਹੋਰ ਬੱਜਰ ਕੁਰ ਗਲਤੀ ਕਰ ਲਈ। ਅੱਛਾ ਜੀ। ਆਮ ਤੌਰ 'ਤੇ ਇਹਨਾਂ ਨੇ ਹੁਣ ਜੋ ਕੀਤਾ, ਜਿਸ ਹਿਸਾਬ ਨਾਲ ਇਹਨਾਂ ਨੇ ਕੀਤਾ ਨਾ, ਵੀ ਅਸੀਂ ਅਣਪਛਾਤੀਆਂ, ਪਹਿਲਾਂ ਪੁਲਿਸ ਨੂੰ ਅਣਪਛਾਤੀ ਕਹਿੰਦੇ ਰਹੇ, ਵੀ ਅਣਪਛਾਤੀ ਪੁਲਿਸ ਨੇ ਗੋਲੀਆਂ ਮਾਰ ਕੇ ਮੁੰਡੇ ਮਾਰਤੇ ਬਰਗਾੜੀ 'ਚ। ਹਾਂਜੀ, ਹੁਣ ਇਹ ਕਹੀ ਜਾਂਦੇ ਆ ਵਾਰ ਵਾਰ ਵੀ ਜੀ ਅਸੀਂ ਅਣਜਾਣੇ ਅਣਜਾਣੇ ਹੋਈਆਂ ਭੁੱਲਾਂ ਦੀ ਗਲਤੀ ਮੰਨਦੇ। ਹਾਂਜੀ ਹਾਂਜੀ, ਇਹ ਕੋਈ ਕੰਸੈਪਟ ਨਹੀਂ ਹੈ। ਹਾਂਜੀ, ਜਿਹੜੀਆਂ ਗਲਤੀਆਂ ਦਾ ਅਸਰ ਕੌਮ ਦੇ ਉੱਤੇ ਹੋਇਆ ਹੋਵੇ, ਰਾਜ ਭਾਗ ਕਰਦਿਆਂ ਦੀਆਂ ਗਲਤੀਆਂ ਜਾਣੀਆਂ ਅਣਜਾਣੀਆਂ ਕਹੀਆਂ ਇਹਨਾਂ ਨੇ, ਜੇ ਉਹਦਾ ਅਸਰ ਕੌਮ ਦੇ ਉੱਤੇ ਹੋਇਆ, ਕੌਮ ਦੇ ਉੱਤੇ ਇੰਨਾ ਗਹਿਰਾ ਅਸਰ ਹੋਇਆ, ਅੱਜ ਜਥੇਦਾਰ ਲੋਕਾਂ ਦੇ ਵਿੱਚ ਨਹੀਂ ਜਾ ਸਕਦੇ, ਜਥੇਦਾਰਾਂ ਦੀ ਗੱਲ ਸੁਣਨ ਲਈ ਕੋਈ ਤਿਆਰ ਨਹੀਂ, ਸ਼੍ਰੋਮਣੀ ਕਮੇਟੀ ਦਾ ਵਕਾਰ ਡਿੱਗ ਗਿਆ, ਅਕਾਲੀਆਂ ਨੂੰ ਲੋਕ ਮੂੰਹ ਨਹੀਂ ਲਾ ਰਹੇ ਜਿਹੜੇ ਧਾਰਮਿਕ ਅਕੀਦਿਆਂ ਵਾਲੇ ਲੋਕ। ਹਾਂਜੀ ਹਾਂਜੀ, ਤੇ ਜੇ ਇੰਨਾ ਕੁਛ ਹੋਇਆ, ਕੌਮ ਦਾ ਏਡਾ ਵੱਡਾ ਨੁਕਸਾਨ ਹੋਇਆ, ਹਾਂਜੀ, ਤੇ ਫਿਰ ਇਹਨਾਂ ਨੂੰ ਚਾਹੀਦਾ ਇਹ ਸੀ ਇਹ ਦਰਖਾਸਤ ਦਿੰਦੇ ਅਕਾਲ ਤਖ਼ਤ ਸਾਹਿਬ 'ਤੇ। ਹਾਂਜੀ, ਉੱਥੇ ਜਾ ਕੇ ਦਰਖਾਸਤ ਦੇ ਕੇ ਕਰਦੇ ਵੀ ਸਾਡੇ ਕਾਰਨ ਇਹ ਸਾਰਾ ਕੁਛ ਹੋਇਆ। ਹਾਂਜੀ, ਸਾਡੇ ਰਾਜ ਵਿੱਚ ਕੰਧਾਂ 'ਤੇ ਇਸ਼ਤਿਹਾਰ ਲੱਗੇ, ਬੇਅਦਬੀ ਹੋਈ, ਅਸੀਂ ਫੜ ਨਹੀਂ ਸਕੇ ਕਿਸੇ ਨੂੰ। ਹਾਂਜੀ, ਸਾਡੇ ਰਾਜ ਵਿੱਚ ਪੁਲਿਸ ਨੇ ਸ਼ਾਂਤਮਈ ਪ੍ਰੋਟੈਸਟ ਕਰਦੇ ਲੋਕਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ, ਹਾਂਜੀ, ਅਸੀਂ ਫੜ ਨਹੀਂ ਸਕੇ। ਹਾਂਜੀ, ਸਾਡੇ ਰਾਜ ਵਿੱਚ ਕੰਧਾਂ 'ਤੇ ਇਸ਼ਤਿਹਾਰ ਲੱਗਦੇ ਰਹੇ, ਬੰਦੇ ਮਰਦੇ ਰਹੇ, ਫਿਰ ਅਸੀਂ ਇਹ ਵੀ ਕਹਿੰਦੇ ਰਹੇ, ਇਹ ਦੱਸਣ ਵੀ ਸਾਡੇ ਰਾਜ ਵਿੱਚ ਅਸੀਂ ਕਿਹਾ ਵੀ ਸਾਡੇ ਹੁਕਮ ਨਾਲ ਗੋਲੀ ਨਹੀਂ ਚੱਲੀ, ਪਰ ਜਿਹਨਾਂ ਬੰਦਿਆਂ ਨੇ ਗੋਲੀ ਚਲਾਈ ਉਹਨਾਂ ਦੇ ਖਿਲਾਫ਼ ਕਾਰਵਾਈ ਵੀ ਨਹੀਂ ਕਰ ਸਕੇ। ਠੀਕ ਠੀਕ, ਅਸੀਂ ਦੱਸਦੇ ਇਹ ਉਹਨਾਂ ਨੂੰ ਵੀ ਸਾਡਾ ਗੁਨਾਹ ਹੈ ਵੀ ਅਸੀਂ ਆਪਣੀਆਂ ਕੋਠੀਆਂ ਵਿੱਚ ਜਥੇਦਾਰਾਂ ਨੂੰ ਸੱਦ ਕੇ ਤਲਬ ਕਰਕੇ ਹੁਕਮ ਸੁਣਾਉਂਦੇ ਰਹੇ ਵੀ ਫਲਾਣੇ ਨੂੰ ਮਾਫ਼ ਕਰ ਦਿਓ, ਫਲਾਣੇ ਨੂੰ ਛੱਡ ਦਿਓ, ਫਿਰ ਤਾਂ ਇਸ ਮਾਫ਼ੀ ਦੀ ਕੋਈ ਸਾਰਥਕਤਾ ਹੋ ਸਕਦੀ ਸੀ। ਹਾਂਜੀ ਹਾਂਜੀ, ਅਤੇ ਹੁਣ ਤਾਂ ਉਹ ਰਿਪੋਰਟਰ ਪੁੱਛਦੇ ਆ, ਦੱਸੋ ਕਿਸ ਕਰਕੇ ਆਏ ਆ, ਨਹੀਂ ਜੀ ਸਤਨਾਮ ਵਾਹਿਗੁਰੂ ਕਰੋ ਜੀ। ਇਹ ਜਾਣੀਆਂ ਅਣਜਾਣੀਆਂ ਗਲਤੀਆਂ ਦੀ ਅਰਦਾਸ ਤਾਂ ਸਿੱਖ ਰੋਜ਼ ਕਰਦਾ। ਇਹ ਮਤਲਬ ਤੁਹਾਡੇ ਹਿਸਾਬ ਨਾਲ ਜੋ ਸਹੀ ਮਰਿਆਦਾ ਦਾ ਪ੍ਰੋਸੀਜਰ ਸੀ ਉਹ ਫੋਲੋ ਨਹੀਂ ਹੋਇਆ? ਬਿਲਕੁਲ ਨਹੀਂ। ਚਲੋ, ਇਹਦੇ ਨਾਲ ਨਾਲ ਤੁਸੀਂ SGPC ਦੇ ਬੜੇ ਸੀਨੀਅਰ ਫੰਕਸ਼ਨਰੀ ਰਹੇ ਹੋ, ਜਨਰਲ ਸੈਕਟਰੀ ਰਹੇ ਹੋ ਬੜਾ ਸਮਾਂ, ਅਤੇ ਥੋੜ੍ਹਾ ਜਿਹਾ ਜਿਹੜੇ ਆਮ ਲੋਕ ਮੇਰੇ ਨਾਲ ਵੀ ਡਿਸਕਸ ਕਰਦੇ ਰਹਿੰਦੇ SGPC ਸੰਬੰਧੀ, ਅਤੇ ਇਹਨਾਂ ਦਾ ਜਿਹੜਾ ਹੈਗਾ ਕੀ ਜਿਹੜੇ ਹੈਗੇ ਧਾਰਮਿਕ ਮੁੱਦਿਆਂ ਨੂੰ ਜਾਂ ਧਾਰਮਿਕ ਭਾਵਨਾਵਾਂ ਨੂੰ ਉਜਾਗਰ ਕਰਨ ਵਿੱਚ ਕਿੰਨੀ ਕੁ SGPC ਕਾਮਯਾਬ ਰਹੀ ਹੈ, ਸਪੈਸ਼ਲੀ ਸਿੱਖਾਂ ਵਿੱਚ? ਦੇਖੋ, SGPC ਇੱਕ ਅਲੱਗ
ਸੰਸਥਾ ਉਹਦਾ ਅਲੱਗ ਕਾਨੂੰਨ ਹੈ। ਹਾਂਜੀ ਉਹਦੀ ਜਿਹੜਾ ਇੱਕ ਉਹਦਾ ਆਪਣਾ ਇਮੇਜ ਸੀ, ਹਾਂਜੀ ਮੈਂ ਸਮਝਦਾ ਵੀ ਟੌੜਾ ਸਾਹਿਬ ਤੋਂ ਬਾਅਦ ਨਹੀਂ ਬਣ ਸਕਿਆ। ਹਾਂਜੀ ਹਾਂਜੀ ਉਹਦਾ ਕਾਰਨ ਇਹ ਆ ਵੀ ਟੌੜਾ ਸਾਹਿਬ ਲੀਡਰ ਸੀਗੇ, ਹਾਂਜੀ ਟੌੜਾ ਸਾਹਿਬ ਤੋਂ ਬਾਅਦ ਜਿੰਨੇ ਪ੍ਰਧਾਨ ਬੈਠੇ ਆ, ਹਾਂਜੀ ਉਹ ਲੀਡਰਾਂ ਦੀ ਮਜਬੂਰੀ ਦੇ ਤੌਰ ਤੇ ਬੈਠੇ ਆ। ਹਾਂਜੀ ਉਹਨਾਂ 'ਚ ਆਪਣੇ 'ਚ ਕੋਈ ਲੀਡਰਸ਼ਿਪ ਕੁਆਲਿਟੀ ਨਹੀਂ ਸੀ, ਹਾਂਜੀ ਨਾ ਕੌਮ ਨੂੰ ਕੋਈ ਅਗਵਾਈ ਦੇਣ ਦੇ ਸਮਰੱਥ ਸੀ, ਉਹ ਸਿਰਫ ਲੀਡਰਾਂ ਦੀ ਮਜਬੂਰੀ ਸੀ। ਉਹਨਾਂ ਨੇ ਆਪਣੇ ਚਾਪੜੂਸਾਂ ਨੂੰ ਉਹਨਾਂ ਕੁਰਸੀਆਂ 'ਤੇ ਬਿਠਾ ਲਿਆ, ਜਿਹਦੇ ਕਰਕੇ ਐਸ ਜੀ ਪੀ ਸੀ ਦੇ ਵਕਾਰ ਦੇ ਵਿੱਚ ਬੜਾ ਵੱਡਾ ਘਾਟਾ ਹੋਇਆ। ਔਰ ਇਹ ਉਹਨਾਂ ਲੋਕਾਂ ਨੂੰ ਬਿਠਾਲ ਕੇ, ਆਪਣੀ ਮਰਜ਼ੀ ਦੇ ਲੋਕਾਂ ਨੂੰ ਬਿਠਾਲ ਕੇ ਮਨਮਾਨੀਆਂ ਕਰਦੇ ਰਹੇ। ਹਾਂਜੀ ਮਨਮਾਨੀਆਂ ਕਰਨ ਦੇ ਨਾਲ ਉਹਦਾ ਨੁਕਸਾਨ ਹੋਇਆ। ਚਾਹੀਦਾ ਕੀ ਸੀ, ਐਸ ਜੀ ਪੀ ਸੀ ਇੱਕ ਡਿਫਰੈਂਟ ਐਕਟ ਥੱਲੇ ਕੰਮ ਕਰਦੀ ਹੈ, ਹਾਂਜੀ ਉਹਦਾ ਜੁਦਾ ਸੰਵਿਧਾਨ ਹੈ, ਹਾਂਜੀ ਜੁਦਾ ਉਹਦਾ ਵਰਕਿੰਗ ਏਰੀਆ ਹੈਗਾ, ਉਹਨੂੰ ਉਹਦੀ ਇੰਡੀਪੈਂਡੈਂਸ ਰੱਖਣੀ ਬਹੁਤ ਜ਼ਰੂਰੀ ਸੀ। ਔਰ ਇਹ ਸੰਸਥਾਵਾਂ ਦੇ ਵਿੱਚ ਜਿੱਤ ਕੇ ਬੇਸ਼ੱਕ ਕਿਸੇ ਧਿਰ ਦੇ ਬੰਦੇ ਵੀ ਮੈਂਬਰ ਬਣ ਜਾਣ, ਹਾਂਜੀ ਹਾਂਜੀ ਕੋਈ ਜਿੱਤ ਕੇ ਪ੍ਰਧਾਨ ਬਣ ਜਾਏ, ਜੋ ਮਰਜ਼ੀ ਬਣ ਜਾਏ, ਪਰ ਇਹ ਸੰਸਥਾਵਾਂ ਸਿੱਖਾਂ ਦੀਆਂ। ਹਾਂਜੀ ਜਿੱਤਣ ਤੋਂ ਬਾਅਦ ਉੱਥੋਂ ਸਿੱਖੀ ਦੀ ਖੁਸ਼ਬੂ ਆਉਣੀ ਚਾਹੀਦੀ ਸੀ। ਬਿਲਕੁਲ ਠੀਕ ਹੈ, ਕਿਉਂਕਿ ਇਹ ਇੱਦਾਂ ਨਹੀਂ ਹੋਣਾ ਚਾਹੀਦਾ ਵੀ ਜੇ ਕਿਸੇ ਇੱਕ ਬੰਦੇ ਦਾ ਗੁਰਦੁਆਰੇ 'ਤੇ ਕਬਜ਼ਾ ਹੋ ਗਿਆ ਅਤੇ ਜੋੜ ਮੇਲੇ ਵੀ ਉਹਨਾਂ ਤੋਂ ਬਿਨਾਂ ਹੋਰ ਨਹੀਂ ਕੋਈ ਮਨਾ ਸਕਦਾ, ਹਾਂਜੀ ਹਾਂਜੀ ਉੱਥੇ ਸ਼ਤਾਬਦੀਆਂ ਵੀ ਉਹਨਾਂ ਤੋਂ ਬਿਨਾਂ ਕੋਈ ਨਹੀਂ ਮਨਾ ਸਕਦਾ। ਹਾਂਜੀ ਇਹ ਸਿੱਖ ਇੰਸਟੀਟਿਊਸ਼ਨ ਹੈ, ਸਿੱਖਾਂ ਦੀਆਂ ਸਾਰੀਆਂ ਦੀਆਂ ਸਾਂਝੀਆਂ, ਚਾਹੇ ਕੋਈ ਕਾਂਗਰਸੀ ਹੈ, ਚਾਹੇ ਕੋਈ ਅਕਾਲੀ ਹੈ, ਚਾਹੇ ਕੋਈ ਕੁਛ ਵੀ ਹੈ, ਉਹ ਜਿਹੜਾ ਆਪਣੇ ਆਪ ਨੂੰ ਸਿੱਖ ਕਹਾਉਂਦਾ ਉਹਦੇ ਲਈ ਅਕਾਲ ਤਖਤ ਸਾਹਿਬ ਤੋਂ ਹੁਕਮ ਵੀ ਜਾਰੀ ਹੁੰਦੇ ਆ, ਉਹਨਾਂ ਨੂੰ ਸਨਮਾਨ ਵੀ ਦੇਣਾ ਚਾਹੀਦਾ। ਔਰ ਐਸ ਜੀ ਪੀ ਸੀ ਨੂੰ ਵੀ ਆਪਣਾ ਇਹੀ ਰੋਲ ਅਦਾ ਕਰਨਾ ਚਾਹੀਦਾ ਸੀ ਜਿਹੜਾ ਨਹੀਂ ਹੋ ਸਕਿਆ। ਕੀ ਮੌਜੂਦਾ ਜਿਹੜਾ ਪੰਜਾਬ ਵਿੱਚ ਬੜਿਆ ਡੇਰਾਵਾਦ ਸ਼ੁਰੂ ਹੋਇਆ, ਬਹੁਤ ਸਾਰੇ ਸਿੱਖ ਲੋਕ ਇੱਧਰ ਡੇਰਾ ਪਰੰਪਰਾ ਵੱਲ ਚਲ ਗਏ ਹੈਗੇ, ਇਹ ਉਹਦੇ ਵਿੱਚ ਕੋਈ ਐਸ ਜੀ ਪੀ ਸੀ ਦੀ ਕਮੀ ਰਹੀ ਹੈ ਜਾਂ ਕਿਉਂ ਇਹ ਝੁਕਾਅ ਹੋਇਆ ਹੈਗਾ ਲੋਕਾਂ ਦਾ? ਨਹੀਂ ਦੇਖੋ, ਜਦੋਂ ਇਹ ਇੱਕ ਤਾਂ ਇਹ ਹੈਗਾ ਨਾ ਵੀ ਚਲੋ ਪੰਥ ਦੇ ਵਿੱਚ ਡਿਫਰੈਂਟ ਸੈਕਟਸ ਹੈਗੇ, ਹਾਂਜੀ ਕੁਛ ਸਪਲਿੰਟਰ ਗਰੁੱਪ ਵੀ ਬਣ ਗਏ, ਬਣ ਗਏ ਹਾਂਜੀ, ਜਿਹੜੇ ਸਿੱਖੀ ਵਿੱਚੋਂ ਨਿਕਲ ਕੇ ਉਹਨਾਂ ਨੇ ਆਪਣੇ ਮਤ ਚਲਾ ਲਏ, ਆਪਣਾ ਸਭ ਕੁਛ ਕਰ ਲਿਆ। ਜੀ ਜੀ ਪਰ ਸਿੱਖਾਂ ਨੂੰ ਜੋੜਨ ਦੇ ਲਈ ਅੱਜ ਵੀ ਜੇ ਕੇਂਦਰੀ ਸੂਤਰਧਾਰ ਲੱਭਣਾ ਹੋਵੇ ਤਾਂ ਪੰਥਕ ਰਹਿਤ ਮਰਯਾਦਾ, ਹਾਂਜੀ ਠੀਕ ਹੈ, ਜਿਹੜੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਹੈ। ਹਾਂਜੀ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਕਰਨ ਵਾਲੇ ਲੋਕ ਹੀ ਅੱਜ ਪੰਥਕ ਰਹਿਤ ਮਰਯਾਦਾ ਤੋਂ ਬਾਗੀ ਹੋਏ ਨਜ਼ਰ ਆਉਂਦੇ ਆ। ਨਾ ਮੰਜੀ ਸਾਹਿਬ ਦੇ ਵਿੱਚ ਕਈ ਵਾਰੀ ਕਥਾ ਵੀ ਪੰਥਕ ਰਹਿਤ ਮਰਯਾਦਾ ਮੁਤਾਬਕ ਨਹੀਂ ਹੋਈ। ਅੱਛਾ, ਅਤੇ ਕਈ ਵਾਰੀ ਉਹਨਾਂ ਲੋਕਾਂ ਨੂੰ ਸਤਿਕਾਰ ਦਿੱਤਾ ਜਾਂਦਾ ਜਿਹੜੇ ਮਰਯਾਦਾ ਨੂੰ ਸਿੱਧੀ ਚੁਣੌਤੀ ਦਿੰਦੇ, ਅਤੇ ਜਦੋਂ ਤਖਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਮਰਯਾਦਾ ਦੀ ਰਖਵਾਲੀ ਛੱਡ ਕੇ ਮਰਯਾਦਾ ਤੋੜਨ ਵਾਲਿਆਂ ਦਾ ਸਾਥ ਦੇਣਗੇ ਤਾਂ ਫਿਰ ਇਹ ਸਭ ਕੁਛ ਹੋਏਗਾ ਹੀ ਹੋਏ। ਇਹਦੇ ਨਾਲ ਨਾਲ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੁਣ ਟਕਸਾਲੀ ਗਰੁੱਪ ਇੱਕ ਜਿਹੜਾ ਬ੍ਰਹਮਪੁਰਾ ਸਾਹਿਬ ਦੀ ਅਗਵਾਈ ਵਿੱਚ ਹੋਇਆ ਹੈਗਾ, ਉਹਦੇ ਬਾਰੇ ਕੀ ਤੁਹਾਡਾ ਵਿਊ ਪੁਆਇੰਟ ਆ? ਉਹਨਾਂ ਨੂੰ ਇਸ ਸਟੇਜ 'ਤੇ ਇਹ ਜਿਹੜਾ ਅਕਾਲੀ ਦਲ ਬਣਾਉਣਾ, ਮਤਲਬ ਇਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਦਾ ਘਟਦੀ ਜਿਹੜੀ ਆਪਣੇ ਲੋਕਪ੍ਰਿਯਤਾ ਇਹਦੇ ਕਰਕੇ ਬਣਾਇਆ ਜਾਂ ਉਹ ਰਾਜਨੀਤਿਕ ਇਹਦਾ ਉਹ ਫਾਇਦਾ ਲੈਣਾ ਚਾਹੁੰਦੇ ਹੈਗੇ? ਦੇਖੋ ਦੋ ਗੱਲਾਂ ਨੇ, ਹਾਂਜੀ ਬ੍ਰਹਮਪੁਰਾ ਸਾਹਿਬ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਚੁੱਕਿਆ ਗਿਆ ਇਹ ਕਦਮ, ਹਾਂਜੀ ਮੈਨੂੰ ਇਹ ਲੱਗਦਾ ਵੀ ਆਪਣੇ ਹੱਕਾਂ ਦੀ ਲੜਾਈ ਰਹੀ ਹੈ। ਅੱਛਾ ਜੀ, ਉਹ ਹੱਕ ਜੋ ਮੰਗਦੇ ਸੀ ਉਹਨਾਂ ਨੂੰ ਮਿਲਣੇ ਸੀ, ਉਹਨਾਂ ਨੂੰ ਦਿੱਤੇ ਨਹੀਂ ਹੈਗੇ, ਅਤੇ ਜਿਹੜੀਆਂ ਗੱਲਾਂ ਉਹ ਉਭਾਰ ਰਹੇ ਆ ਜਾਂ ਜਿਹੜੇ ਗਲਤੀਆਂ ਉਹ ਬਾਦਲ ਪਰਿਵਾਰ 'ਚ ਕੱਢ ਰਹੇ ਆ ਉਹਨਾਂ ਨੂੰ ਆਪ ਖੁਦ ਤਿਆਗਣੀਆਂ ਪੈਣਗੀਆਂ। ਹਾਂਜੀ ਹਾਂਜੀ, ਉਹਨਾਂ ਨੂੰ ਵੀ ਜਿਵੇਂ ਬਾਦਲ ਨੇ ਆਪਣੇ ਟੱਬਰ ਨੂੰ ਮੋਹਰੇ ਲਿਆਉਣ ਲਈ ਸਰਕਾਰ ਬਣਦੀ ਰਹੀ ਤਾਂ ਸੁਖਬੀਰ ਉਪ ਮੁੱਖ ਮੰਤਰੀ, ਬਾਦਲ ਸਾਹਿਬ ਮੁੱਖ ਮੰਤਰੀ, ਸਾਲਾ ਵੀ ਵਜ਼ੀਰ, ਭਣੋਈਆ ਵੀ ਵਜ਼ੀਰ, ਕੇਂਦਰ 'ਚ ਨੂੰਹ ਵੀ ਵਜ਼ੀਰ, ਜੇ ਅਕਾਲੀ ਦਲ ਬਣਨਾ ਤਾਂ ਬਾਦਲ ਸਾਹਿਬ ਸਰਪ੍ਰਸਤ, ਸੁਖਬੀਰ ਪ੍ਰਧਾਨ ਅਤੇ ਸਾਲਾ ਜਨਰਲ ਸੈਕਟਰੀ, ਭਣੋਈਆ ਜਿਹੜਾ ਉਹ ਸੀਨੀਅਰ ਵਾਈਸ ਪ੍ਰੈਜੀਡੈਂਟ, ਹਾਂਜੀ ਇਹ ਗੱਲਾਂ ਛੱਡਣੀਆਂ ਪੈਣਗੀਆਂ। ਇਹਨਾਂ ਨੂੰ ਵੀ ਉਸ ਤੋਂ ਸਬਕ ਸਿੱਖਣਾ ਪਊਗਾ, ਆਪਣੇ ਬੱਚਿਆਂ ਨੂੰ ਲਾਂਭੇ ਕਰਕੇ ਚੰਗੇ ਗੁਰਸਿੱਖਾਂ ਨੂੰ ਸਾਹਮਣੇ ਲਿਆਉਣਾ ਪਊ, ਜਿਹੜੇ ਚੰਗੇ ਪੰਜਾਬ ਪ੍ਰਸਤ ਲੋਕ ਹੈ ਉਹਨਾਂ ਦੀ ਪਿੱਠ 'ਤੇ ਹੱਥ ਰੱਖਣਾ ਪਊਗਾ। ਜੇ ਇਹ ਵੀ ਉਹਨਾਂ ਵਾਂਗ ਰਹੀ, ਸੁਖਬੀਰ ਵਾਂਗ ਰਹੀ, ਬਾਦਲ ਸਾਹਿਬ ਵਾਂਗ ਆਪਣੇ ਬੱਚਿਆਂ ਤੱਕ ਹੀ ਸੀਮਤ ਰਹਿ ਗਏ ਤਾਂ ਫਿਰ ਇਹਦਾ ਵੀ ਕੋਈ ਨਤੀਜਾ ਨਹੀਂ ਨਿਕਲਣਾ। ਇਹ ਆਪਣੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ 'ਤੇ ਇਲਜ਼ਾਮ ਲਾਉਂਦਾ ਰਿਹਾ ਹੈਗਾ ਵੀ ਇੱਕ ਫੈਮਿਲੀ ਦਾ ਰੂਲ ਹੈਗਾ, ਉਹੀ ਰੂਲ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਜਿਵੇਂ ਤੁਸੀਂ ਕਿਹਾ ਹੈਗਾ ਜਾਂ ਜਿਹੜੇ ਵੀ ਲੀਡਰ ਆਉਂਦੇ ਹੈਗੇ ਆਪਣੇ ਘਰ ਦੇ ਬੰਦਿਆਂ ਨੂੰ ਪ੍ਰਮੋਟ ਕਰਦੇ ਹੈਗੇ, ਇਹ ਕਿੰਨਾ ਖਤਰਨਾਕ ਟ੍ਰੈਂਡ ਹੈ? ਸ਼੍ਰੋਮਣੀ ਅਕਾਲੀ ਦਲ ਵਰਕਰਾਂ ਦੀ ਪਾਰਟੀ ਹੈ, ਹਾਂਜੀ ਇਹਨੂੰ ਇਸੇ ਕਰਕੇ ਸ਼ਹੀਦਾਂ ਦੀ ਪਾਰਟੀ ਕਹਿੰਦੇ ਰਹੇ, ਕੁਰਬਾਨੀ ਵਾਲੇ ਲੋਕਾਂ ਦੀ ਪਾਰਟੀ ਇਸ ਕਰਕੇ ਕਹਿੰਦੇ ਰਹੇ। ਹਾਂਜੀ ਇਹ ਹਲ ਵਾਹੁੰਦਾ ਬੰਦਾ ਵੀ ਜਿਹੜਾ
ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਸੀ, ਦੁਕਾਨ ਤੇ ਬੈਠਾ ਵੀ ਜਿਹੜਾ ਮੈਂਬਰ ਸੀ, ਜਦੋਂ ਪੰਥ ਦੇ ਉੱਤੇ ਕੋਈ ਸੰਕਟ ਆਉਂਦਾ ਸੀ ਨਾ, ਆਪਣੀ ਦੁਕਾਨ ਨੂੰ ਤਾਲਾ ਲਾ ਕੇ ਮੋਰਚਿਆਂ 'ਚ ਤੁਰ ਜਾਂਦਾ ਸੀ, ਆਪਣਾ ਹਲਪ ਜਾਲੀ ਸੁੱਟ ਕੇ ਮੋਰਚਿਆਂ 'ਚ ਤੁਰ ਜਾਂਦਾ ਸੀ, ਬੱਚਿਆਂ ਦੀ ਚਿੰਤਾ ਨਹੀਂ ਸੀ। ਹਾਂਜੀ ਹਾਂਜੀ, ਉਹ ਜਜ਼ਬਾ ਜਦੋਂ ਪਰਿਵਾਰਵਾਦ ਆ ਜਾਂਦਾ ਖਤਮ ਹੋ ਜਾਂਦਾ। ਹਾਂਜੀ ਹਾਂਜੀ, ਹੁਣ ਅਕਾਲੀ ਇਹ ਸੋਚਣ ਲੱਗ ਪੈਂਦੇ ਆ ਜਿਹੜੇ ਮਾੜਾ ਮੋਟਾ ਦਰਦ ਰੱਖਣ ਵਾਲੇ ਆ, ਬਈ ਮੈਂ ਚਲੇ ਗਿਆ ਤਾਂ ਮੇਰੇ ਬੱਚੇ ਭੁੱਖੇ ਮਰ ਜਾਣੇ। ਹਜ਼ਾਰਾਂ ਹੀ ਮਿਸਾਲਾਂ ਮੈਂ ਦੱਸ ਸਕਦਾ ਜਿਹੜੇ ਮੋਰਚਿਆਂ 'ਚ ਜਾਣ ਵਾਲੇ ਅਕਾਲੀ ਸੀ, ਉਹਨਾਂ ਦੇ ਘਰ ਘਾਟ ਬਰਬਾਦ ਹੋ ਗਏ। ਉਹਨਾਂ ਦੇ ਸਿਰਫ ਉਹਨਾਂ ਦੇ ਪੰਥ ਦੀ ਚੜ੍ਹਦੀ ਕਲਾ ਦਾ ਇਰਾਦਾ ਹੁੰਦਾ ਸੀ ਉਹਨਾਂ ਦੇ ਮਨ ਵਿੱਚ। ਇਹ ਜਿਹੜੀ ਪਰਿਵਾਰਾਂ ਦੀ ਪੋਲੀਟਿਕਸ ਕਾਰਪੋਰੇਟ ਸੈਕਟਰ ਵਾਂਗਰ ਚੱਲ ਰਹੀ, ਇਹ ਸਿਆਸਤ ਦਾ ਵਪਾਰੀਕਰਨ, ਸਿਆਸਤ ਦਾ ਅਪਰਾਧੀਕਰਨ, ਸਿਆਸਤ ਦੇ ਪਰਿਵਾਰੀਕਰਨ ਨੂੰ ਜਨਮ ਦੇ ਰਹੀ ਹੈ। ਇਹਦੇ ਤੋਂ ਘੱਟੋ ਘੱਟ ਸਿੱਖਾਂ ਨੂੰ ਜ਼ਰੂਰ ਬਚਣਾ ਚਾਹੀਦਾ। ਇਹ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਹੈਗਾ ਬ੍ਰਹਮਪੁਰਾ ਸਾਹਿਬ ਬਾਰੇ ਵੀ ਇਹ ਇਹਨਾਂ ਨੇ ਜਿਹੜਾ ਹੈਗਾ ਗਦਾਰੀ ਕੀਤੀ ਆ ਸਾਡੇ ਨਾਲ। ਆਮ ਕੁਛ ਲੋਕ ਇਹ ਵੀ ਕਹਿੰਦੇ 10 ਸਾਲ ਰਾਜ ਭਾਗ ਇਹਨਾਂ ਨੇ ਮਾਣਿਆ ਹੈਗਾ, ਹੁਣ ਇਸ ਵੇਲੇ ਛੱਡਣਾ ਹੈਗਾ, ਇਹਨਾਂ ਨੇ ਮਤਲਬ ਪਾਰਟੀ ਨਾਲ ਲੋਇਲਟੀ ਨਹੀਂ ਕੀਤੀ, ਇਹਦੇ ਬਾਰੇ ਕੀ ਵਿਚਾਰ ਹੈ ਤੁਹਾਡਾ? ਦੇਖੋ, ਜਦੋਂ ਇੱਕ ਟੱਬਰ ਦਾ ਕਬਜ਼ਾ ਹੁੰਦਾ ਨਾ, ਹਾਂਜੀ, ਇਹ ਤਾਂ ਜਿਹੜਾ ਉਹਨੂੰ ਸਲੂਟ ਮਾਰਦਾ ਉਹ ਪਾਰਟੀ ਦਾ ਵਰਕਰ ਹੁੰਦਾ, ਹਾਂਜੀ, ਜਿਹੜਾ ਉਹਦੇ ਖਿਲਾਫ਼ ਕੋਈ ਗੱਲ ਕਰਦਾ ਜਾਂ ਉਹਨੂੰ ਸੱਚ ਦਾ ਸ਼ੀਸ਼ਾ ਦਿਖਾਲਦਾ ਉਹਦਾ ਦੁਸ਼ਮਣ ਹੁੰਦਾ। ਹਾਂਜੀ ਹਾਂਜੀ, ਇਹੀ ਕੁਝ ਇਹਨਾਂ ਨਾਲ ਵਾਪਰਿਆ। ਹਾਂਜੀ ਹਾਂਜੀ, ਔਰ ਜਿਹੜੀਆਂ ਗੱਲਾਂ ਦੋ ਕਹਿ ਰਹੇ ਨੇ ਬ੍ਰਹਮਪੁਰਾ ਸਾਹਿਬ ਤੇ ਉਹਨਾਂ ਦੇ ਸਾਥੀਆਂ ਦੇ ਉੱਤੇ, ਸਵਾਲ ਵੀ ਤਾਂ ਇਹੀ ਲੋਕ ਕਰਦੇ ਨੇ ਨਾ। ਹਾਂਜੀ ਹਾਂਜੀ, ਸਵਾਲ ਉਹ ਕਰਦੇ ਨੇ ਵੀ ਤੁਸੀਂ ਕਹਿੰਦੇ ਹੋ ਜੀ ਇਹਨਾਂ ਨੇ ਬੇਅਦਬੀ ਕਰਾਤੀ ਜੀ, ਉਦੋਂ ਕਿਉਂ ਨਹੀਂ ਕੀਤਾ ਛੱਡਿਆ? ਤੁਸੀਂ ਉਸ ਵੇਲੇ ਬੋਲਦੇ ਤਾਂ ਇਹਦੀ ਕੋਈ ਸਾਰਥਕਤਾ ਹੋ ਸਕਦਾ? ਹਾਂਜੀ ਹਾਂਜੀ, ਤੁਸੀਂ ਬੱਚਿਆਂ ਦੀ ਗੱਲ ਕਰਦੇ ਹੋ, ਤੁਸੀਂ ਆਪਣੇ ਨਾਲ ਖੜੇ ਕਰੀ ਬੈਠੇ। ਹਾਂਜੀ ਹਾਂਜੀ, ਤੇ ਇਹ ਜੇ ਤਾਂ ਜਿਹਨਾਂ ਨੁਕਸਾਂ ਕਰਕੇ ਉਹਨਾਂ ਨੂੰ ਛੱਡਿਆ, ਫਿਰ ਤਾਂ ਉਹ ਨੁਕਸ ਆਪਣੇ ਚੋਂ ਵੀ ਕੱਢਣੇ ਪੈਣਗੇ। ਪਰ ਮੈਨੂੰ ਇਹ ਲੱਗਦਾ ਵੀ ਇਹਨਾਂ ਨੂੰ ਉੱਥੇ ਜੋ ਇਹਨਾਂ ਦੀ ਅਹਿਮੀਅਤ ਸੀ ਉਹਦੇ ਮੁਤਾਬਕ ਥਾਂ ਨਹੀਂ ਸੀ ਮਿਲ ਰਿਹਾ, ਤੇ ਉਹ ਭਾਰੂ ਪੈ ਰਹੇ ਸੀ, ਇਹਨਾਂ ਨੇ ਆਪਣੇ ਆਪ ਨੂੰ ਕੁੱਟਣ ਮਹਿਸੂਸ ਕਰਦਿਆਂ ਕਰਦਿਆਂ ਉਹਨਾਂ ਨੂੰ ਛੱਡ ਦਿੱਤਾ। ਮਤਲਬ ਇਹ ਕਾਫੀ ਦੇਰ ਤੋਂ ਅੰਦਰੋਂ ਅੰਦਰ ਹੀ ਕੁੱਟਣ ਮਹਿਸੂਸ ਕਰਦੇ ਹੋਣਗੇ। ਇੱਕ ਇਹ ਵੀ ਕਿਹਾ ਜਾਂਦਾ ਹੈਗਾ ਵੀ ਜਦੋਂ ਮੈਡਮ ਹਰਸਿਮਰਤ ਬਾਦਲ ਨੂੰ ਇਹਨਾਂ ਨੇ ਮੰਤਰੀ ਬਣਾਇਆ ਬ੍ਰਹਮਪੁਰਾ ਸਾਹਿਬ, ਉਦੋਂ ਸੀਨੀਅਰ ਲੀਡਰ ਸੀ, ਉਦੋਂ ਉਹ ਬ੍ਰਹਮਪੁਰਾ ਸਾਹਿਬ ਨੂੰ ਬਣਾਉਣਾ ਚਾਹੀਦਾ ਸੀ। ਇਹ ਤਾਂ ਦੇਖੋ ਹੱਕਾਂ ਦੀ ਲੜਾਈ ਹੈ, ਉਸ ਪਰਿਵਾਰ ਨੇ ਅਕਾਲੀ ਦਲ ਨੂੰ ਆਪਣੇ ਪਰਿਵਾਰ ਦੀ ਪਾਰਟੀ ਸਮਝ ਲਿਆ। ਹਾਂਜੀ, ਉਹਨਾਂ ਨੂੰ ਹੋਰ ਕੋਈ ਨਜ਼ਰ ਨਹੀਂ ਸੀ ਆਉਂਦਾ। ਹਾਂਜੀ, ਜਾਂ ਕੁਝ ਆਪਣਾ ਪਰਿਵਾਰ ਤੇ ਜਾਂ ਉਹ ਲੋਕ ਜਿਹੜੇ ਜਿਵੇਂ ਫਕੀਰ ਦੁਆਲੇ ਕੁੱਤੀ ਗੇੜਾ ਕੱਢਦੀ ਹੁੰਦੀ ਨਾ, ਡਿਗੇ ਬੁਰਕੀ ਚੁੱਕੇ ਚੱਕ ਕੇ ਭੱਜੀ, ਜਾਂ ਕੋਈ ਚਾਪਲੂਸ ਕਿਸਮ ਦੇ ਲੋਕ ਉਹਨਾਂ ਦੇ ਆਲੇ ਦੁਆਲੇ ਚੌਧਰਾਂ ਪ੍ਰਾਪਤ ਕਰ ਰਹੇ ਸੀ, ਜਿਹੜੇ ਕਿਰਤੀ ਜਾਂ ਮਿਹਨਤ ਕਰਨ ਵਾਲੇ ਲੋਕ ਪੰਥ ਪ੍ਰਸਤ ਲੋਕ ਸੀ ਉਹ ਉਹਨਾਂ ਦੀ ਨਿਗਾਹ ਵਿੱਚ ਨਹੀਂ ਸੀ ਆਉਂਦੇ, ਉਹਨਾਂ ਵਿੱਚੋਂ ਬ੍ਰਹਮਪੁਰਾ ਸਾਹਿਬ ਵਰਗੇ ਵੀ ਕੁਛ। ਠੀਕ ਹੈ, ਇੱਕ ਦੋ ਗੱਲਾਂ ਹੋਰ ਸ਼੍ਰੋਮਣੀ ਕਮੇਟੀ ਦੇ ਹਿਸਾਬ ਨਾਲ ਜੋ ਮੇਰੇ ਮਨ ਵਿੱਚ ਆਉਂਦੀਆਂ, ਇਹ ਧਰਮ ਪ੍ਰਚਾਰ ਵਿੰਗ ਆ ਉੱਥੇ ਤੁਹਾਡਾ ਫੁੱਲ ਫਲੈਜਡ, ਇਹ ਕਿਸ ਤਰ੍ਹਾਂ ਦੀ ਐਕਟੀਵਿਟੀ ਕਰਦਾ ਹੈਗਾ? ਕਦੀ ਕਦੀ ਅਸੀਂ ਸੁਣਦੇ ਹਾਂ ਜਦੋਂ ਕਿਤੇ ਕਹਿੰਦੇ ਅਸੀਂ ਆ ਜਿਹੜੇ ਸਾਡੇ ਲੜਕੇ ਆ ਉਹ ਪਤਿਤ ਹੋ ਰਹੇ ਆ ਜਾਂ ਇਹਨਾਂ ਨੂੰ ਫਿਰ ਆਪਣੇ ਅਸੀਂ ਧਾਰਾ ਵਿੱਚ ਲੈ ਕੇ ਆਉਣਾ ਸਿੱਖ ਧਾਰਾ ਵਿੱਚ, ਅਤੇ ਇਹ ਇਹ ਕੀ ਐਕਟੀਵਿਟੀਜ਼ ਕਰਦੀਆਂ ਹੈਗੀਆਂ? ਦੇਖੋ, ਮੈਂ ਬੜਾ ਲੰਬਾ ਸਮਾਂ ਇਸ ਸੰਸਥਾ ਵਿੱਚ ਸੇਵਾ ਨਿਭਾਈ ਆ, ਵਕਤ ਬਾ ਵਕਤ ਬੜੇ ਪ੍ਰਧਾਨਾਂ ਨਾਲ ਕੰਮ ਕੀਤਾ ਮੈਂ। ਹਾਂਜੀ, ਆਹ ਗੋਬਿੰਦ ਸਿੰਘ ਲੌਂਗੋਵਾਲ ਤੋਂ ਇਲਾਵਾ ਜਿੰਨੇ ਹੁਣ ਤੱਕ ਪ੍ਰਧਾਨ ਬਣੇ ਆ, ਟੌੜਾ ਸਾਹਿਬ ਤੋਂ ਬਾਅਦ ਟੌੜਾ ਸਾਹਿਬ ਦੇ ਸਮੇਤ ਮੈਂ ਸਾਰਿਆਂ ਨਾਲ ਕੰਮ ਕੀਤਾ। ਹਾਂਜੀ, ਮੈਂ ਇੱਕ ਗੱਲ ਬਾਰ ਬਾਰ ਕਹਿੰਦਾ ਰਿਹਾ, ਹਾਂਜੀ, ਬਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਪ੍ਰਚਾਰ ਦਾ ਢੰਗ ਬਦਲਣਾ ਚਾਹੀਦਾ। ਹਾਂਜੀ, ਉਹਦੇ ਪ੍ਰਚਾਰ ਦਾ ਢੰਗ ਬਦਲਣ ਲਈ ਮੈਂ ਦੋ ਚਾਰ ਵਾਰੀ ਸੁਝਾਅ ਵੀ ਦਿੱਤੇ। ਅੱਛਾ ਜੀ, ਦੇਖੋ ਪ੍ਰਚਾਰ ਇਹਨੂੰ ਨਹੀਂ ਕਹਿ ਸਕਦੇ ਵੀ ਫਲਾਨੇ ਗੁਰਦੁਆਰੇ 'ਚ ਟਰਾਲੀਆਂ ਭਰ ਕੇ ਆ ਜਾਓ, ਫਲਾਨੇ ਲੀਡਰ ਨੇ ਆਉਣਾ ਉਹ ਬੋਲੇਗਾ, ਤੁਸੀਂ ਸੁਣ ਕੇ ਤਾੜੀਆਂ ਮਾਰਿਓ, ਜਕਾਰੇ ਛੱਡਿਓ। ਹਾਂਜੀ, ਇਹਨੂੰ ਪ੍ਰਚਾਰ ਨਹੀਂ ਕਹਿੰਦੇ। ਹਾਂਜੀ, ਗੁਰਦੁਆਰੇ ਸੇਵਾ ਕਰਨ ਸਿੱਖ ਹੀ ਆਉਂਦਾ। ਹਾਂਜੀ, ਲੰਗਰ ਦੀ ਸੇਵਾ ਵੀ ਸਿੱਖ ਕਰਦਾ। ਹਾਂਜੀ, ਅਤੇ ਪਾਠ ਸੁਣ ਕੀਰਤਨ ਸੁਣਨ ਵੀ ਸਿੱਖ ਆਉਂਦਾ। ਜਿਹੜੇ ਸਿੱਖੀ ਨਾਲ ਟੁੱਟ ਗਏ ਉਹਨਾਂ ਤੱਕ ਅਪਰੋਚ ਨਹੀਂ ਹੋ ਰਹੀ। ਹਾਂਜੀ, ਜਦੋਂ ਤੱਕ ਸਿੱਖੀ ਨਾਲ ਟੁੱਟੇ ਹੋਏ ਬੱਚਿਆਂ ਨਾਲ ਅਪਰੋਚ ਨਹੀਂ ਹੁੰਦੀ, ਮੈਂ ਤਾਂ ਇਹ ਵਾਰ ਵਾਰ ਕਰਦਾ, ਮੈਂ 2-3 ਵਾਰੀ ਕੈਂਪ ਲਾਏ ਪਤਿਤ ਸਿੱਖਾਂ ਦੇ ਵੀ ਲਾਏ, ਵੀ ਸਿੱਖ ਤਾਂ ਸਿੱਖ ਹੈਗੇ ਹੀ ਨੇ, ਸਿੱਖ ਇਕੱਠੇ ਹੋ ਕੇ ਪਤਿਤਾਂ ਨੂੰ ਸਿੱਖ ਬਣਾਉਣ ਵਾਲੇ ਰਾਹ ਤੁਰ। ਹਾਂਜੀ ਹਾਂਜੀ, ਫਿਰ ਸਿੱਖੀ ਦਾ ਪ੍ਰਚਾਰ ਵਧੀਆ ਹੋ ਸਕਦਾ। ਦੂਜੀ ਮੈਂ ਬੇਨਤੀ ਇਹ ਕੀਤੀ ਸੀ, ਆ ਜਿਹੜਾ ਡੇਰਾਬਾਦ ਦੀ ਤੁਸੀਂ ਗੱਲ ਕਰ ਰਹੇ ਹੋ, ਡੇਰਾਬਾਦ ਵੱਧ ਗਿਆ, ਇਹਨਾਂ ਨੇ ਲੋਕਾਂ ਦੀ ਕਮਜ਼ੋਰ ਆਰਥਿਕਤਾ ਦਾ ਫਾਇਦਾ ਲਿਆ। ਅੱਛਾ ਜੀ, ਜਿਹਦੇ ਕੋਲ ਰੋਟੀ ਨਹੀਂ ਸੀ ਖਾਣ ਨੂੰ ਉਹਨੂੰ ਭੋਜਨ ਪ੍ਰਸ਼ਾਦੇ ਸ਼ਕਾਤ ਤੇ, ਬਿਲਕੁਲ ਠੀਕ, ਜਿਹਦੀ ਬੱਚੀ ਨਹੀਂ ਸੀ ਪੜ੍ਹ ਰਹੀ ਉਹਨੂੰ ਪੜ੍ਹਾ ਦਿੱਤਾ, ਫੀਸ ਦੇ ਦਿੱਤੀ, ਜਿਹਦੇ ਕੋਲ ਰੁਜ਼ਗਾਰ ਨਹੀਂ ਸੀ ਮਾੜੀ ਮੋਟੀ ਰੁਜ਼ਗਾਰ ਦੀ ਮਦਦ ਕਰਤਾ, ਹਾਂਜੀ, ਬਾਅਦ ਵਿੱਚ ਉਹਨੂੰ ਐਕਸਪਲੋਇਟ ਵੀ ਕਰਨਾ। ਬਿਲਕੁਲ, ਹਾਂ ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੈਂ ਮੱਕੜ ਸਾਹਿਬ ਦੇ ਵੇਲੇ ਇੱਕ ਪਲਾਨ ਬਣਾ ਕੇ ਦਿੱਤਾ ਸੀ, ਹਾਂਜੀ, ਵੀ ਤੁਸੀਂ 650 ਬੰਦੇ ਦੀ ਲੋੜ ਹੈ, ਹਾਂਜੀ, 20-20 ਪਿੰਡ ਅਲਾਟ ਕਰ ਦਿਓ, ਹਾਂਜੀ, 20 ਪਿੰਡਾਂ ਦੇ ਵਿੱਚ ਉਹ ਜਾ ਕੇ ਗੁਰਦੁਆਰਿਆਂ 'ਚ ਕਥਾ ਨਾ ਕਰਨ ਬੰਦੇ, ਉਹ ਇੱਕ ਵਾਰੀ ਸਟੈਟਿਕਸ ਬਣਾਉਣ ਸਨ ਵੀ ਇਹਨਾਂ ਪਿੰਡਾਂ ਦੇ ਵਿੱਚ ਸਿੱਖਾਂ ਦਾ ਆਰਥਿਕ ਪੱਧਰ ਕੀ ਹੈ, ਧਾਰਮਿਕ ਪੱਧਰ ਕੀ ਹੈ, ਸਮਾਜਿਕ ਪੱਧਰ ਕੀ ਹੈ, ਉਹ ਕਿੰਨੇ ਬੱਚੇ ਆ ਜਿਹੜੇ
ਵਿੱਦਿਆ ਪੜ੍ਹ ਰਹੇ ਸਿੱਖਾਂ ਦੇ, ਕਿੰਨੇ ਨਹੀਂ ਪੜ੍ਹ ਰਹੇ, ਕਿੰਨਿਆਂ ਕੋਲ ਰੁਜ਼ਗਾਰ ਹੈ, ਕਿੰਨਿਆਂ ਕੋਲ ਨਹੀਂ, ਉਹਦੇ ਆਧਾਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਗ੍ਰਾਂਟਾਂ ਦੇਵੇ, ਰਾਜਨੀਤਿਕ ਲੋਕਾਂ ਦੇ ਕਹਿਣ 'ਤੇ ਗ੍ਰਾਂਟਾਂ ਨਾਲ ਸਿੱਖਾਂ ਦਾ ਆਰਥਿਕ ਪੱਧਰ ਵੀ ਉੱਚਾ ਚੁੱਕਿਆ ਜਾ ਸਕਦਾ, ਉਹਦੇ ਨਾਲ ਧਾਰਮਿਕ ਪੱਧਰ ਵੀ ਉੱਚਾ ਚੁੱਕਿਆ ਜਾ ਸਕਦਾ, ਰਾਜਨੀਤਿਕ ਪੱਧਰ ਵੀ ਉੱਚਾ ਚੁੱਕਿਆ ਜਾ ਸਕਦਾ, ਇਸ ਪਾਸੇ ਧਿਆਨ ਨਹੀਂ ਦਿੱਤਾ ਗਿਆ। ਇੱਦਾਂ ਹੀ ਐਸ ਸੀ ਪੀ ਸੀ ਦੇ ਬਹੁਤ ਸਾਰੇ ਜਿਹੜੇ ਵਿੱਦਿਅਕ ਅਦਾਰੇ ਹੈਗੇ ਆ, ਉਹ ਜਿੰਨਾ ਕੁ ਮੇਰੀ ਨੌਲੇਜ ਹੈ ਇਹਨਾਂ ਵਿੱਚੋਂ ਕੋਈ ਮੇਰੇ ਖਿਆਲ ਅੱਜ ਤੱਕ IAS ਜਾਂ IPS ਅੱਛੀਆਂ ਪੋਸਟਾਂ ਨੇ 'ਤੇ ਨਹੀਂ ਪਹੁੰਚੇ ਹੈਗੇ। ਉਹ ਜਿਹੜੀ ਐਡੀ ਵੱਡੀ ਇਹ ਧਾਰਮਿਕ ਜਿਹੜੀਆਂ ਐਜੂਕੇਸ਼ਨ ਇੰਸਟੀਟਿਊਸ਼ਨ ਦੇ ਆ, ਉਹਨਾਂ ਦੀ ਕੁਆਲਿਟੀ ਆਫ ਐਜੂਕੇਸ਼ਨ ਬਾਰੇ ਕੀ ਕਹਿੰਦੇ ਆ ਤੁਸੀਂ? ਦੇਖੋ, ਮੇਰੀ ਇਹ ਰਾਏ ਹੈ, ਹਾਂਜੀ, ਮੈਂ ਮਹਿਸੂਸ ਕਰਦਾ ਵੀ ਇਹ ਕਈ ਵਾਰੀ ਨਾ ਸਾਡੇ ਬੱਚੇ ਪੜ੍ਹਨ ਲਈ ਪੜ੍ਹੀ ਜਾਂਦੇ ਅਤੇ ਮਾਪੇ ਪੜ੍ਹਾਉਣ ਲਈ ਪੜ੍ਹਾਈ ਜਾਂਦੇ। ਹਾਂਜੀ, ਇਹਦੇ ਨਾਲ ਵਾਈਟ ਕਾਲਰਡ ਅਨਇੰਪਲੋਇਡ ਯੂਥ ਦੀ ਜਿਹੜੀ ਗਿਣਤੀ ਦਿਨੋ ਦਿਨ ਵੱਧ ਰਹੀ, ਹਾਂਜੀ, ਇਹ ਤੋਂ ਦੁਖੀ ਹੋਏ ਬੱਚੇ ਜਿਹੜੇ ਆ ਮਾਈਗ੍ਰੇਟ ਵੀ ਕਰ ਰਹੇ, ਹਾਂਜੀ, ਕਰੋੜਾਂ ਰੁਪਈਆ ਪੰਜਾਬ ਦਾ ਬਾਹਰ ਵੀ ਜਾ ਰਿਹਾ। ਹਾਂਜੀ, ਚਾਹੀਦਾ ਇਹ ਹੈ, ਮੈਂ ਸੁਝਾਅ ਅਕਾਲੀ ਦਲ ਨੂੰ ਵੀ ਦਿੱਤਾ ਸੀ, ਹਾਂਜੀ, ਚਾਹੀਦਾ ਇਹ ਹੈ ਬਈ ਬੱਚਿਆਂ ਦੇ ਲਈ ਪ੍ਰਾਇਮਰੀ ਤੋਂ ਬਾਅਦ ਵੋਕੇਸ਼ਨਲ ਕੋਰਸ ਸ਼ੁਰੂ ਹੋ ਜਾਣ, ਹਾਂਜੀ, 12ਵੀਂ ਤੱਕ ਬੱਚਾ ਪੜ੍ਹਾਈ ਦੇ ਨਾਲ ਨਾਲ ਆਪਸ਼ਨਲ ਸਬਜੈਕਟ ਦੇ ਤੌਰ 'ਤੇ ਕੋਈ ਕਾਰਪੈਂਟਰੀ ਲੈ ਲਵੇ, ਕੋਈ ਪਲੰਬਿੰਗ ਲੈ ਲਵੇ, ਕੋਈ ਇਲੈਕਟ੍ਰੀਸ਼ੀਅਨ ਲੈ ਲਵੇ, ਕੋਈ ਮੋਟਰ ਮਕੈਨਿਕ ਦਾ ਲੈ ਲਵੇ। 12ਵੀਂ ਤੋਂ ਬਾਅਦ ਜੇ ਉਹਦੇ 'ਚ ਹਿੰਮਤ ਹੈ ਤਾਂ ਯੂਨੀਵਰਸਿਟੀ ਜਾਵੇ, ਨਹੀਂ ਤਾਂ ਆਪਣੀ ਕਿਰਤ ਕਰਕੇ ਰੋਟੀ ਖਾ। ਮਤਲਬ ਤੁਸੀਂ ਕਹਿੰਦੇ SCPC ਦੇ ਸਕੂਲ ਉਹਨਾਂ ਵਿੱਚ ਹੀ ਇਹ ਇਦਾਂ ਦਾ ਸ਼ੁਰੂ ਹੋ ਜਾਣਾ ਚਾਹੀਦਾ। ਦੂਜਾ ਕੀ ਹੋਵੇ, ਹਾਂਜੀ, ਜਿਹੜੇ 12ਵੀਂ ਤੋਂ ਵੱਧ ਪੋਟੈਂਸ਼ੀਅਲ ਵਾਲੇ ਬੱਚੇ ਆ, ਹਾਂਜੀ, ਜਿਹੜੇ ਕੰਪੀਟੀਸ਼ਨ ਵਿੱਚ ਜਾ ਸਕਦੇ ਆ, ਹਾਂਜੀ, ਜਿਹੜੇ ਸਰਵਿਸਿਜ਼ ਦੇ ਵਿੱਚ ਜਾ ਸਕਦੇ ਆ, ਉਹਨਾਂ ਨੂੰ ਫਿਰ ਸ਼੍ਰੋਮਣੀ ਕਮੇਟੀ ਓਨ ਕਰੇ, ਉਹਨਾਂ ਨੂੰ ਕੰਪੀਟੀਸ਼ਨ ਪੂਰਾ ਤਿਆਰ ਕਰਾਵੇ, ਉਹਨਾਂ ਨੂੰ ਓਨ ਕਰਕੇ ਮਾਪਿਆਂ ਨੂੰ ਕਵੇ ਬੱਚਾ ਅੱਜ ਤੋਂ ਸਾਡਾ, ਹਾਂਜੀ, ਅਸੀਂ ਇਹਦਾ ਖਰਚਾ ਵੀ ਕਰਾਂਗੇ, ਇਹਨੂੰ ਕੋਚਿੰਗ ਵੀ ਦਵਾਵਾਂਗੇ, ਇਹਨੂੰ ਚੰਗਾ ਸਿੱਖ ਬਣਾਉਣ ਦੀ ਜ਼ਿੰਮੇਵਾਰੀ ਵੀ ਨਿਭਾਵਾਂਗੇ, ਚੰਗਾ ਸ਼ਹਿਰੀ ਬਣਾਉਣ ਦੀ ਜ਼ਿੰਮੇਵਾਰੀ ਵੀ ਨਿਭਾਵਾਂਗੇ। ਜਦੋਂ ਇਹ ਵੱਡੀ ਕੁਰਸੀ 'ਤੇ ਬੈਠੇਗਾ, ਕੌਮ ਦਾ ਆਈਕਨ ਬਣ ਕੇ ਨਿਕਲੇਗਾ, ਸਾਨੂੰ ਇਸ ਚੀਜ਼ ਦਾ ਫਾਇਦਾ ਹੋਵੇ। ਇੱਕ ਕੁਛ ਲੋਕ ਮੇਰੇ ਨਾਲ ਡਿਸਕਸ ਕਰਦੇ ਹੈਗੇ, ਕੁਛ ਬਹੁਤ ਸਾਰੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਲੀਡਰ, ਉਹਨਾਂ ਦੇ ਆਪਣੇ ਹੀ ਬੱਚੇ ਉਹ ਸਿੱਖ ਰਹਿਤ ਮਰਿਆਦਾ ਵਿੱਚ ਨਹੀਂ ਹੈਗੇ, ਇਹਨਾਂ ਬਾਰੇ ਕੀ ਕਹਿੰਦੇ ਹੈਗੇ? ਦੇਖੋ, ਮੈਂ ਇਹ ਸੁਝਾਅ ਪਹਿਲੇ ਸਮੇਂ 'ਚ ਵੀ ਦਿੱਤਾ, ਹਾਂਜੀ, 3 ਇਲੈਕਸ਼ਨਾਂ ਮੈਂ ਲੜਿਆ, 3 ਹੀ ਜਿੱਤਿਆ, ਹਾਂਜੀ, ਅਤੇ ਮੈਂ ਜਥੇਦਾਰ ਸਾਹਿਬਾਨ ਨੂੰ ਮਿਲ ਕੇ ਵੀ ਇਹ ਗੱਲ ਕਹਿੰਦਾ ਰਿਹਾ, ਹਾਂਜੀ, ਹੁਣ ਵੀ ਆ ਜਾਣੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ, ਹਾਂਜੀ, ਮੇਰੀ ਹੁਣ ਵੀ ਰਾਏ ਆ, ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਦੱਸਣੀ ਚਾਹੁੰਦਾ ਕੌਮ ਨੂੰ ਵੀ ਅਤੇ ਜਥੇਦਾਰਾਂ ਨੂੰ। ਇਹਦੇ ਵਿੱਚ ਜਿੰਨੀਆਂ ਵੀ ਧਿਰਾਂ ਪਾਰਟੀਸਪੇਟ ਕਰਨੀਆਂ ਚਾਹੁੰਦੀਆਂ, ਜਿੰਨੇ ਵੀ ਇਲੈਕਸ਼ਨ ਲੜਨਾ ਚਾਹੁੰਦੇ ਆ, ਚਾਹੇ ਉਹ ਬਾਦਲ ਸਾਹਿਬ ਦਾ ਧੜਾ, ਚਾਹੇ ਮਾਨ ਸਾਹਿਬ ਦਾ, ਚਾਹੇ ਕੋਈ ਹੋਰ ਪੰਥਕ ਧੜੇ ਜਿਹੜੇ ਇਹ ਇਲੈਕਸ਼ਨ ਲੜਨ ਦੇ ਚਾਹਵਾਨ, ਅਕਾਲ ਤਖ਼ਤ ਸਾਹਿਬ ਇਹ ਯਕੀਨੀ ਬਣਾਏ ਕਿ ਹਰ ਜਿਹੜਾ ਬੰਦਾ ਚੋਣ ਲੜਨਾ ਚਾਹੁੰਦਾ ਉਹ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਸਮੇਤ ਅਕਾਲ ਤਖ਼ਤ 'ਤੇ ਪਹੁੰਚ ਕੇ ਸਕਰੀਨਿੰਗ ਕਰਾਵੇ। ਅੱਛਾ ਅੱਛਾ, ਬਹੁਤ ਅੱਛੀ ਗੱਲ। ਜਿਵੇਂ NOC ਸਰਟੀਫਿਕੇਟ ਦੇਈਦਾ ਨਾ ਕਿਸੇ ਅਦਾਰੇ ਵਿੱਚ, ਉਹ NOC ਦੇਣ ਵੀ ਆਹ ਬੰਦਾ ਚੋਣ ਲੜਨ ਦੇ ਯੋਗ ਹੈ, ਆਹ ਨਹੀਂ ਯੋਗ, ਫਿਰ ਪਾਰਟੀ ਟਿਕਟ ਜਿਹਨੂੰ ਮਰਜ਼ੀ ਦੇ ਦੇਵੇ, ਸਿੱਖ ਜਿਹਨੂੰ ਮਰਜ਼ੀ ਚੋਣ ਲੈ। ਕਿਆ ਬਾਤ! ਤੁਸੀਂ ਨਿੱਜੀ ਤੌਰ 'ਤੇ ਤੁਹਾਨੂੰ ਕਿੰਨੇ ਬੱਚੇ ਆ ਅਤੇ ਕਿੱਥੇ ਕਿੱਥੇ ਰਹਿੰਦੇ ਹੋ, ਵੀ ਆਪਣੇ ਪਰਿਵਾਰਕ ਪਿਛੋਕੜ ਬਾਰੇ ਵੀ ਥੋੜ੍ਹਾ ਜਿਹਾ ਦੱਸ ਦਿਓ ਤਾਂ ਕਿ ਦਰਸ਼ਕਾਂ ਨੂੰ ਜ਼ਰੂਰ ਪਤਾ ਲੱਗੇ। ਮੇਰੇ 3 ਬੱਚੇ ਆ, ਹਾਂਜੀ, 3ੋਂ ਹੀ ਵਿਆਹੇ ਗਏ, ਹਾਂਜੀ, ਬਾਲ ਬੱਚੇਦਾਰ ਆ ਸਾਰੇ, 2 ਬੱਚੇ ਮੇਰੇ ਆਸਟ੍ਰੇਲੀਆ 'ਚ ਰਹਿੰਦੇ, ਹਾਂਜੀ ਹਾਂਜੀ, 1 ਬੱਚਾ ਆਪਣਾ ਕਾਰੋਬਾਰ ਕਰਦਾ, 1 ਅਕਾਊਂਟਿੰਗ ਹੈਗਾ। ਅੱਛਾ ਅੱਛਾ, ਅਤੇ ਬੇਟੀ ਮੇਰੀ ਨੇ ਉਹਨੇ ਪੋਸਟ ਗ੍ਰੈਜੂਏਸ਼ਨ ਬੋਟਨੀ 'ਚ ਕੀਤੀ ਸੀ, ਬਹੁਤ ਅੱਛਾ, ਉਹਨਾਂ ਦੇ ਆਪਣੇ ਕਾਰੋਬਾਰ ਹੈਗੇ ਆ ਜਗ੍ਹਾ, ਤੋ ਤੁਹਾਡੇ ਬੱਚੇ ਤਾਂ ਪੂਰੀ ਰਹਿਤ ਮਰਿਆਦਾ ਵਿੱਚ ਹੈਗੇ, ਮੇਰੇ ਦੱਸ ਰਹੇ ਸੀ ਅੰਮ੍ਰਿਤਧਾਰੀ ਬੱਚੇ ਆ, ਹਾਂਜੀ, ਸਾਰਿਆਂ ਨੇ ਆਪਣੇ ਜ਼ਿੰਦਗੀ ਦੇ ਵਿੱਚ 5-5, 7-7 ਵਾਰੀ ਸਹਿਜ ਪਾਠ ਕਰ ਲਏ। ਬਹੁਤ ਅੱਛੀ ਗੱਲ, ਅਤੇ ਅਜੇ ਵੀ ਉਹ ਨਿਰੰਤਰ ਜਾਰੀ ਰੱਖਦੇ, ਗੁਰੂ ਘਰ ਦੀ ਸੇਵਾ ਵੀ ਜਿੰਨੀ ਕੁ ਹੁੰਦੀ ਹੈ ਕਰਦੇ। ਇਹ ਤੋਂ ਇਲਾਵਾ ਜਦੋਂ ਮੰਨ ਲਓ ਨੈਚੁਰਲ ਕਲੈਮਿਟੀਜ਼ ਕਿਤੇ ਆ ਜਾਂਦੀ ਹੈਗੀ ਆ, ਉਦੋਂ SCPC ਜਿਹੜੇ ਹੈਗੇ ਬਹੁਤ ਜਗ੍ਹਾ ਇਹੋ ਜਾ ਕੇ ਖਾਣਾ ਬਾਣਾ ਦੇਣਾ, ਜਿਵੇਂ ਜੰਮੂ ਕਸ਼ਮੀਰ ਵਿੱਚ ਜਾਂ ਗੁਜਰਾਤ ਵਿੱਚ ਪਿੱਛੇ ਜੇ ਭੁਚਾਲ ਆਇਆ ਸੀ, ਉਹਦੇ ਤੋਂ ਤਾਂ ਸੰਤੁਸ਼ਟ ਹੋ ਤੁਸੀਂ? ਇਹ ਸਾਡੇ ਟਾਈਮ 'ਤੇ ਚਾਲੂ ਹੋਇਆ ਸੀ, ਹਾਂਜੀ, ਜਦੋਂ ਮੱਕੜ ਸਾਹਿਬ ਪ੍ਰਧਾਨ ਸੀਗੇ, ਅਸੀਂ ਬੈਠ ਕੇ ਸਲਾਹ ਕੀਤੀ ਸੀ, ਹਾਂਜੀ, ਬਈ SCPC ਦਾ ਕੰਮ ਸਿਰਫ ਗੁਰਦੁਆਰਿਆਂ 'ਚ ਦੀਵਾਨ ਕਰਾਉਣੇ ਜਾਂ ਲੰਗਰ ਲਾਉਣੇ ਨਹੀਂ, ਹਾਂਜੀ, ਜੇ ਅਸੀਂ ਅਰਦਾਸ ਸਰਬੱਤ ਦੇ ਭਲੇ ਦੀ ਕਰਦੇ ਹਾਂ ਤਾਂ ਦੁੱਖ ਸੁੱਖ ਵੀ ਸਰਬੱਤ ਦੇ ਭਲੇ ਦਾ ਸੁਣਨਾ ਪਵੇ। ਜੀ ਜੀ ਜੀ, ਉਹਦਾ ਨਤੀਜਾ ਸੀ ਜਦੋਂ ਗੁਜਰਾਤ ਦੇ ਵਿੱਚ ਭੁਚਾਲ ਆਇਆ, ਹਾਂਜੀ, ਅੰਡੇਮਾਨ ਨਿਕੋਬਾਰ 'ਚ ਸੁਨਾਮੀ ਆਈ, ਜੰਮੂ ਕਸ਼ਮੀਰ 'ਚ ਹੜ੍ਹ ਆਏ, ਹਾਂਜੀ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਵੇਲੇ ਬਹੁਤ ਵੱਡੀ ਸੇਵਾ ਕਰਕੇ ਸਿੱਖ ਅਕਸ ਨੂੰ ਸੁਧਾਰਨ ਦਾ ਯਤਨ ਕੀਤਾ। ਔਰ ਮੈਂ ਇਹ ਗੱਲ ਕਹਿੰਦਾ ਰਿਹਾ ਬਾਰ ਬਾਰ, ਅਜੇ ਮੰਨੀ ਨਹੀਂ ਗਈ, ਵੀ ਜਿਹੜੇ ਟਾਸਕ ਫੋਰਸ ਦੇ ਮੈਂਬਰ ਆ ਸਾਡੇ ਮੁਲਾਜ਼ਮ ਹੈ, ਵੀ ਉਹਨਾਂ ਨੂੰ ਡਿਜ਼ਾਸਟਰ ਮੈਨੇਜਮੈਂਟ ਦੀ ਟ੍ਰੇਨਿੰਗ ਵੀ ਜ਼ਰੂਰੀ ਦਵਾਈ ਜਾਣੀ ਚਾਹੀਦੀ। ਅੱਛਾ ਅੱਛਾ, ਠੀਕ, ਕਿਤੇ ਕੋਈ ਅੱਗ ਲੱਗ ਜਾਏ, ਕੋਈ ਹੜ੍ਹ 'ਚ ਆ ਜਾਏ, ਕੋਈ ਕੁਛ ਹੋ ਜਾਵੇ, ਉਹ ਡਿਜ਼ਾਸਟਰ ਮੈਨੇਜਮੈਂਟ ਦੀ ਟ੍ਰੇਨਿੰਗ ਵਾਲੇ ਬੰਦੇ ਉੱਥੇ
ਸਮਾਜ ਦੀ ਸੇਵਾ ਕਰ ਸਕਦੇ। ਕਿੰਨੇ ਕੁ ਟਾਸਕ ਫੋਰਸ ਦੇ ਮੈਂਬਰ ਹੈਗੇ ਆ ਐਸ ਜੀ ਪੀ ਸੀ 'ਚ? ਹੁਣ ਤਾਂ ਮੇਰੇ ਖਿਆਲ 200 ਦੇ ਕਰੀਬ 200 ਦੇ ਕਰੀਬ ਹੈਗੇ। ਉਹਨਾਂ ਦਾ ਇਹੋ ਹੀ ਕੰਮ ਹੁੰਦਾ ਜਦੋਂ ਕਿਤੇ? ਨਹੀਂ, ਉਹ ਵੈਸੇ ਤਾਂ ਦਰਬਾਰ ਸਾਹਿਬ ਦੇ ਵਿੱਚ ਹੁਣ ਸੰਗਤ ਨੂੰ ਮੈਨੇਜ ਕਰਨ ਦੀ ਡਿਊਟੀ ਨਿਭਾਉਂਦੇ ਆ, ਪਰ ਜਦੋਂ ਕਿਤੇ ਜ਼ਰੂਰਤ ਹੋਵੇ ਉੱਧਰ ਵੀ ਡਾਈਵਰਟ ਕਰ ਸਕਦੇ। ਇਹ ਇੱਕ ਬਣਾਇਆ ਜਾ ਸਕਦਾ, ਬਣਾਇਆ, ਹਾਂ ਬਹੁਤ ਅੱਛਾ ਸੁਝਾਅ, ਬਣਾਇਆ ਜਾ ਸਕਦਾ। ਹਾਂਜੀ ਹਾਂਜੀ, ਜਿੱਥੇ ਕੌਮ ਦੇ ਜਾਂ ਲੋਕਾਂ ਦੇ ਉੱਤੇ ਕੋਈ ਭੀੜ ਬਣਦੀ ਹੈ, ਜਨਤਾ ਦੇ ਉੱਤੇ ਭੀੜ ਬਣਦੀ ਹੈ, ਇਹਦੇ ਨਾਲ ਕੌਮੀ ਅਕਸ ਸੁਧਰਦਾ। ਲੋਕ ਇਹ ਕਹਿੰਦੇ ਨੇ ਸਿੱਖਾਂ, ਹੁਣ ਦੇਖੋ ਖਾਲਸਾ ਏਡ ਵਾਲੇ ਸੇਵਾ ਕਰਦੇ ਵੱਖ ਵੱਖ ਮੁਲਕਾਂ 'ਚ, ਉਹ ਉਹਨਾਂ ਨੂੰ ਕੋਈ ਦੀਵਾਨ ਲਾਉਣ ਦੀ ਲੋੜ ਨਹੀਂ, ਸਿੱਖੀ ਦਾ ਅਕਸ ਸੁਧਾਰ ਰਹੇ। ਸੀਰੀਆ ਵਿੱਚ ਉਹ ਪਿੱਛੇ ਜੇ ਉਹਨਾਂ ਨੇ ਲਾਏ ਹੈਗੇ, ਇਸੇ ਪੈਟਰਨ ਨੂੰ ਸ਼੍ਰੋਮਣੀ ਕਮੇਟੀ ਕੋਲ ਤਾਂ ਬੜੇ ਵਸੀਹ ਸਾਧਨ ਹੈ, ਕੀਤਾ ਜਾ ਸਕਦਾ, ਕੋਈ ਨਹੀਂ ਗੱਲ ਨਹੀਂ। ਥੋੜ੍ਹਾ ਜਿਹਾ ਆਪਾਂ ਪੰਜਾਬ ਦੇ ਪੋਲੀਟੀਕਲ ਸੀਨ ਵੱਲ ਆਈਏ, ਜਿਵੇਂ ਬ੍ਰਹਮਪੁਰਾ ਸਾਹਿਬ ਦਾ ਅਕਾਲੀ ਦਲ ਹੈਗਾ, ਪਹਿਲਾਂ ਤਾਂ ਉਹੀ ਇੱਕ ਸਵਾਲ ਹੋਰ ਮੇਰੇ ਮਾਇੰਡ ਵਿੱਚ ਆਉਂਦਾ ਹੈਗਾ, ਬ੍ਰਹਮਪੁਰਾ ਸਾਹਿਬ ਮਾਝੇ ਵਿੱਚ ਉਹਨਾਂ ਦਾ ਇਨਫਲੂਐਂਸ ਹੈਗਾ, ਕੀ ਉਹ ਆਪਣੇ ਅਕਾਲੀ ਪੋਲੀਟਿਕਸ ਵਿੱਚ ਉੱਧਰ ਆਪਣਾ ਲੋਕਾਂ ਨੂੰ ਦਮ ਦਿਖਾ ਸਕਦੇ ਹੈਗੇ? ਦੇਖੋ, ਇਸ ਵੇਲੇ ਇੱਕ ਗੱਲ ਹੁੰਦੀ ਹੈ ਕਿਸੇ ਬੰਦੇ ਦਾ ਵਿਰੋਧ ਕਰਨਾ, ਹਾਂਜੀ, ਦੂਜੀ ਹੁੰਦੀ ਕਿਸੇ ਬੰਦੇ ਨਾਲ ਨਫ਼ਰਤ ਕਰਨਾ। ਹਾਂਜੀ, ਵਿਰੋਧ ਖਤਮ ਹੋ ਸਕਦਾ, ਹਾਂਜੀ, ਜਦੋਂ ਨਫ਼ਰਤ ਹੋ ਜਾਏ ਨਾ ਕਿਸੇ ਲਈ। ਹਾਂਜੀ, ਹੁਣ ਸਿੱਖਾਂ ਦੇ ਮਨ ਵਿੱਚ ਨਫ਼ਰਤ ਹੈ ਬਾਦਲ ਪਰਿਵਾਰ ਲਈ, ਵੀ ਇਹਨਾਂ ਦੇ ਰਾਜ ਦੇ ਵਿੱਚ ਸਾਡੇ ਗੁਰੂ ਦੀ ਬੇਅਦਬੀ ਹੋਈ। ਹਾਂਜੀ ਹਾਂਜੀ, ਇਹਨਾਂ ਦੇ ਰਾਜ ਵਿੱਚ ਜਦੋਂ ਸਾਡੇ ਗੁਰੂ ਪਿਆਰ ਵਾਲੇ ਲੋਕ ਧਰਨੇ ਦੇ ਰਹੇ ਸੀ, ਮੁਜ਼ਾਹਰੇ ਕਰ ਰਹੇ ਸੀ, ਇਹ ਇਨਸਾਫ਼ ਦੇਣ ਦੀ ਬਜਾਏ ਉਹਨਾਂ ਨੂੰ ਵਿਹਲੜ ਕਹਿੰਦੇ ਸੀ, ਇਹ ਉਹਨਾਂ ਨੂੰ ਨਿਕੰਮੇ ਕਹਿੰਦੇ ਸੀ, ਅਤੇ ਇਹ ਝੇਡਾਂ ਕਰਦੇ ਸੀ, ਅਤੇ ਅੱਜ ਲੋਕ ਇਸ ਗੱਲ ਨੂੰ ਭਲੀ ਭਾਂਤ ਸਮਝ ਚੁੱਕੇ। ਇਹਦੇ ਵਿੱਚ ਮੀਡੀਆ ਦਾ, ਸੋਸ਼ਲ ਮੀਡੀਆ ਦਾ ਬੜਾ ਵੱਡਾ ਯੋਗਦਾਨ ਹੈ। ਕੋਈ ਐਸਾ ਤੱਥ ਨਹੀਂ ਜਿਹੜਾ ਲੋਕਾਂ ਕੋਲ ਨਹੀਂ ਗਿਆ, ਕਿਵੇਂ ਸੌਦਾ ਸਾਧ ਨੂੰ ਮਾਫ਼ੀ ਦਵਾਈ ਗਈ, ਕਿਵੇਂ ਜਥੇਦਾਰਾਂ ਦੀ ਧੌਣ 'ਤੇ ਗੋਡੇ ਰੱਖੇ ਗਏ, ਕਿਵੇਂ ਸ਼੍ਰੋਮਣੀ ਕਮੇਟੀ ਦੀ ਦੁਰਵਰਤੋਂ ਹੋਈ, ਇਹ ਸਭ ਕੁਝ ਦੇ ਨਾਲ ਉਹ ਪਰਿਵਾਰ ਇਸ ਵੇਲੇ ਪੰਥ ਦੇ ਨਿਸ਼ਾਨੇ ਦੇ ਉੱਤੇ। ਔਰ ਜਿਹੜਾ ਪਰਿਵਾਰ ਇੱਕ ਵਾਰੀ ਪੰਥ ਦੇ ਨਿਸ਼ਾਨੇ 'ਤੇ ਚੜ੍ਹ ਜਾਵੇ ਨਾ, ਫਿਰ ਉਹ ਨਾ ਅਬਦਾਲੀਆਂ ਨੂੰ ਭੁੱਲਦਾ, ਨਾ ਗਜਨੀਆਂ ਨੂੰ ਭੁੱਲਦਾ, ਨਾ ਤੁਰਕਾਂ ਨੂੰ ਭੁੱਲਦਾ, ਨਾ ਮੁਗਲਾਂ ਨੂੰ ਭੁੱਲਦਾ। ਜੀ ਜੀ, ਅਤੇ ਇਹ ਭੁੱਲਣੇ ਬਾਦਲ ਵੀ ਹੈ। ਲੋਕਾਂ ਨੂੰ ਸਪੇਸ ਚਾਹੀਦੀ ਹੈ, ਲੋਕਾਂ ਨੂੰ ਆਪਣਾ ਰਾਜਨੀਤਿਕ ਪਲੇਟਫਾਰਮ ਖਾਲਸਾ ਪੰਥ ਨੂੰ ਚਾਹੀਦਾ, ਪਰ ਇਹਦੇ ਲਈ ਬਹੁਤ ਵੱਡੇ ਤਿਆਗ ਦੀ ਵੀ ਲੋੜ। ਜਿਹੜੇ ਮੇਰੀ ਰਾਏ ਹੈ ਵੀ ਬਾਰ ਬਾਰ ਪਰਖਿਆਂ ਨੂੰ ਪਰਖਣ ਦੀ ਲੋੜ ਨਹੀਂ। ਹਾਂਜੀ, ਨੌਜਵਾਨ ਬੱਚਿਆਂ ਨੂੰ ਮੂਹਰੇ ਲਿਆਉਣਾ ਚਾਹੀਦਾ, ਨਵੀਂ ਲੀਡਰਸ਼ਿਪ ਡਿਵੈਲਪ ਕਰਕੇ ਨਵੇਂ ਬੱਚਿਆਂ ਨੂੰ ਮੂਹਰੇ ਲਿਆ ਕੇ ਨੌਜਵਾਨਾਂ ਦੇ ਕੋਲੋਂ ਇਹ ਸੇਵਾ ਲਈ ਜਾਣੀ ਚਾਹੀਦੀ ਹੈ, ਜਿਹੜੇ ਸਾਡੇ ਵਰਗੇ ਚਿੱਟੀਆਂ ਦਾੜੀਆਂ ਵਾਲੇ ਆ ਪਿੱਛੇ ਬੈਠ ਕੇ ਉਹਨਾਂ ਨੂੰ ਗਾਈਡ ਕਰ ਸਕਣ। ਬਿਲਕੁਲ ਬਿਲਕੁਲ। ਅੱਛਾ, ਪੰਜਾਬ ਦੇ ਪੋਲੀਟੀਕਲ ਸੀਨ ਬਾਰੇ ਥੋੜ੍ਹੇ ਜਿਹੇ, ਆਪ ਦੇ ਵੀ ਦੋ ਗਰੁੱਪ ਹੈਗੇ ਆ, ਫਿਰ ਇੱਕ ਜਿਹੜਾ ਹੈਗਾ ਸੁਖਪਾਲ ਖਹਿਰਾ ਹੁਣੀ ਆਪਣਾ ਇੱਕ ਹੋਰ ਫਰੰਟ ਬਣਾਇਆ ਹੈਗਾ, ਇਹ ਮਤਲਬ ਵੋਟਰ ਨੂੰ ਬਹੁਤ ਜ਼ਿਆਦਾ, ਵੈਸੇ ਤਾਂ ਡੈਮੋਕ੍ਰੇਸੀ ਲਈ ਬਹੁਤ ਅੱਛਾ ਹੈਗਾ, ਪਰ ਓਵਰਆਲ ਇਹ ਜਿਹੜਾ ਹੈਗਾ ਸਪਲਿਟ ਵੋਟ ਹੋ ਕੇ ਇੱਕ ਦੋ ਪਾਰਟੀਕੁਲਰ ਪਾਰਟੀਜ਼ ਨੂੰ ਨਹੀਂ ਬੈਨੀਫਿਟ ਪਹੁੰਚੇਗਾ? ਦੇਖੋ, ਮੈਂ ਜਿੰਨਾ ਕੁ ਪੰਜਾਬ ਦੀ ਰਾਜਨੀਤੀ ਨੂੰ ਦੇਖਿਆ ਸਮਝਿਆ, ਹਾਂਜੀ, ਪੰਜਾਬ ਦੇ ਵਿੱਚ ਮੈਨੂੰ ਲੱਗਦਾ ਇਹ ਆ ਵੀ ਲੋਕ ਕਿਸੇ ਨੂੰ ਜਿਤਾਉਣ ਲਈ ਘੱਟ ਅਤੇ ਹਰਾਉਣ ਲਈ ਵੱਧ ਜ਼ੋਰ ਲਾਉਂਦੇ। ਬਿਲਕੁਲ ਠੀਕ ਆ, ਉਹਨਾਂ ਦੇ ਨਿਸ਼ਾਨੇ 'ਤੇ ਪਹਿਲੇ ਬੰਦਾ ਚੜ੍ਹ ਜਾਂਦਾ ਵੀ ਹੋਰ ਸਾਲਾ ਕੋਈ ਜਿੱਤ ਜਾਵੇ, ਆਹ ਨਹੀਂ, ਇਹਨੂੰ ਨਹੀਂ ਜਿੱਤਣ ਦੇਣਾ ਹੈਗਾ, ਅਤੇ ਉਹ ਲੋਕਾਂ ਨੇ ਨਿਸ਼ਾਨੇ ਫਿਕਸ ਕੀਤੇ ਹੋਏ। ਹਾਂ ਠੀਕ, ਕੋਈ ਬਣੀ ਜਾਵੇ ਨਾ ਬਣੀ ਜਾਵੇ। ਠੀਕ ਠੀਕ।